ਪ੍ਰੋਗਰਾਮ ਸਟੇਟ ਟਾਕ ਦੇ ਅੱਜ ਦੇ ਇੱਕ ਖਾਸ ਐਪੀਸੋਡ ਵਿੱਚ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ ਸਾਹਿਬ ਦੇ ਨਾਲ, ਜੋ ਕਿ ਐਡੀਟਰ ਹੈਗੇ ਨੇ ਸੰਤ ਸਿਪਾਹੀ ਦੇ, ਤੇ ਇਸ ਦੇ ਨਾਲ ਹੀ ਡੈਜ਼ਿਗਨੇਟਿਡ ਐਨਵੋਏ ਹੈਗੇ ਨੇ, ਦੂਤ ਹੈਗੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਵਿਦੇਸ਼ਾਂ ਵਿੱਚ ਧਰਮ ਪ੍ਰਚਾਰ ਦੇ ਤਹਿਤ ਜਿਹੜੀ ਮੁਹਿੰਮ ਜਾਰੀ ਹੈਗੀ ਹੈ, ਬਹੁਤ ਬਹੁਤ ਸਵਾਗਤ ਹੈ ਲਾਂਬਾ ਸਾਹਿਬ। ਸਰਦਾਰ ਲਾਂਬਾ ਨੇ ਪਿਛਲੇ ਲਗਭਗ 2 ਦਹਾਕਿਆਂ ਦੇ ਵਿੱਚ ਸਿੱਖ ਧਰਮ ਨਾਲ ਜੁੜੇ ਉਹ ਤਮਾਮ ਮੁੱਦਿਆਂ ਨੂੰ ਸੁਰਖੀਆਂ ਦੇ ਵਿੱਚ ਨਸ਼ਰ ਕੀਤਾ ਹੈ, ਉਹ ਤਮਾਮ ਮੁੱਦਿਆਂ ਨੂੰ ਸਪੋਟਲਾਈਟ, ਫੋਕਸ ਤੇ ਪਰਸਪੈਕਟਿਵ ਦੇ ਵਿੱਚ ਲਿਆਂਦਾ ਹੈਗਾ, ਜੋ ਕਿ ਸਿੱਖ ਕੌਮ ਦੇ ਨਾਲ ਸਰੋਕਾਰ ਰੱਖਦੇ ਨੇ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ। ਬਹੁਤ ਸੇ ਐਸੇ ਸੰਵੇਦਨਸ਼ੀਲ ਮਸਲਿਆਂ ਨੂੰ ਇਨ੍ਹਾਂ ਨੇ ਚੁੱਕਣ ਵਿੱਚ, ਪਬਲਿਕ ਪਲੇਟਫਾਰਮ ਦੇ ਉਛਾਲਣ ਵਿੱਚ ਆਪਣੀ ਭੂਮਿਕਾ ਸਦਾ ਹੀ ਨਿਭਾਈ ਹੈ, ਤੇ ਸ਼ਾਇਦ ਇਹੀ ਕਾਰਨ ਹੈ ਵੀ ਸਰਦਾਰ ਲਾਂਬਾ ਹਜੇ ਤੱਕ ਸਿੱਖਾਂ ਦੇ ਵਿੱਚ ਇੱਕ ਕੰਟਰੋਵਰਸ਼ਲ ਫਿਗਰ ਦੇ ਰੂਪ ਵਿੱਚ ਵੀ ਜਾਣੇ ਜਾਂਦੇ ਨੇ, ਖਾਸ ਕਰਕੇ ਉਹ ਲੋਕਾਂ ਦੇ ਵਿੱਚ ਜੋ ਕਿ ਭੁਗਤ ਭੋਗੀ ਹੈਗੇ ਨੇ ਸਰਦਾਰ ਲਾਂਬਾ ਦੀ ਉਸ ਜਾਗਰੂਕ ਸੋਚ ਦੇ, ਜਿਨ੍ਹਾਂ ਦੇ ਸਦਕਾ ਇਨ੍ਹਾਂ ਨੇ ਇੰਨੇ ਇਸ਼ੂਜ਼ ਨੂੰ ਟੇਕਅਪ ਕੀਤਾ ਹੈ। ਦਰਸ਼ਕਾਂ ਨੂੰ ਵੀ ਦੱਸਣਾ ਚਾਹਾਂਗੇ ਵੀ ਬਹੁਤ ਸੇ ਐਸੇ ਮਸਲੇ ਵੀ ਲਾਂਬਾ ਸਾਹਿਬ ਨੇ ਉਠਾਏ, ਜਿਸਦੇ ਚਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸਰਮੌਰ ਜਥੇਬੰਦੀਆਂ ਦੇ ਜਨਰਲ ਹਾਊਸ ਦੇ ਜਿਹੜੇ ਰੈਜੋਲੂਸ਼ਨ ਸੀ ਉਨ੍ਹਾਂ ਨੂੰ ਵੀ ਸਕ੍ਰੈਪ ਕਰਕੇ ਉਨ੍ਹਾਂ ਦੇ ਵਿੱਚ ਵੀ ਸੰਸ਼ੋਧਨ ਕਰਨ ਦੀ ਨੌਬਤ ਆਈ, ਖਾਸ ਕਰਕੇ ਦਰਸ਼ਨ ਸਿੰਘ ਫੇਰੂਮਾਨ ਸਬੰਧੀ ਇੱਕ ਰੈਜੋਲੂਸ਼ਨ ਜੋ ਕਿ ਬਦਲਿਆ ਗਿਆ, ਕਿਉਂਕਿ ਆਵਾਜ਼ ਬੁਲੰਦ ਕੀਤੀ ਗਈ। ਦਰਸ਼ਨੀ ਦਿਉੜੀ ਦੇ ਦਰਵਾਜ਼ਿਆਂ ਨੂੰ ਬਦਲਾਉਣ ਦਾ ਮੁੱਦਾ ਹੋਵੇ ਜਾਂ ਸਿੱਖ ਧਾਰਮਿਕ ਧਰੋਹਰ ਨੂੰ ਬਚਾਉਣ ਦੇ ਐਸੇ ਕਈ ਮੁੱਦੇ, ਲਾਂਬਾ ਸਾਹਿਬ ਹਮੇਸ਼ਾ ਤੋਂ ਹੀ ਇਹ ਮੁੱਦਿਆਂ ਨੂੰ ਚੁੱਕਦੇ ਆ ਰਹੇ ਨੇ। ਲਾਂਬਾ ਸਾਹਿਬ, ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ, ਹਾਲ ਵਿੱਚ ਅਕਾਲ ਤਖ਼ਤ ਸਾਹਿਬ ਵੱਲੋਂ ਇੱਕ ਫਰਮਾਨ ਜਾਰੀ ਹੋਇਆ ਹੈਗਾ, ਜਿਸ ਦੇ ਵਿੱਚ ਕਿ ਪੰਥ ਚੋਂ ਛੇਕੇ ਗਏ ਬਹੁਤ ਸੇ ਐਸੇ ਲੋਕਾਂ ਦੇ ਮੁੜ ਪੰਥ ਵਾਪਸੀ ਦਾ ਰਾਹ ਪੱਧਰਾ ਹੋਇਆ ਹੈਗਾ। ਇੱਕ ਬਹੁਤ ਅੱਛੀ ਪਾਜ਼ਿਟਿਵ ਪੇਸ਼ਕਸ਼ ਅਕਾਲ ਤਖ਼ਤ ਸਾਹਿਬ ਵੱਲੋਂ ਹੋਈ ਹੈ, ਜਿਸ ਉੱਤੇ ਰਿਐਕਸ਼ਨ ਵੀ ਆਏ ਹੈਗੇ ਨੇ, ਤੁਸੀਂ ਕਿਵੇਂ ਮਹਿਸੂਸ ਕਰਦੇ ਹੋ, ਖਾਸ ਕਰਕੇ ਉਹ ਸਥਿਤੀ ਵੀ ਜਦੋਂ ਕਿ ਤੁਹਾਡੀ ਇੱਕ ਪੂਰੀ ਮੁਹਿੰਮ ਤੋਂ ਬਾਅਦ, ਮੋਬਿਲਾਈਜੇਸ਼ਨ ਤੋਂ ਬਾਅਦ ਜਾਂ ਤੁਹਾਡੀ ਆਪਾਂ ਕਹਿ ਸਕਦੇ ਕਰ ਕਮਲਾਂ ਤੋਂ ਬਾਅਦ ਹੀ ਬਹੁਤ ਸੇ ਐਸੇ ਲੋਕਾਂ ਨੂੰ ਪੰਜ ਚੋਂ ਛੇਕਿਆ ਗਿਆ, ਤੇ ਜੇ ਆਪਾਂ ਕਹੀਏ ਵੀ ਉਹਦਾ ਸਹਿਰਾ ਕ੍ਰੈਡਿਟ ਜਾਂ ਡਿਸਕ੍ਰੈਡਿਟ ਤੁਹਾਨੂੰ ਜਾਂਦਾ ਇਹ ਲੋਕਾਂ ਨੂੰ ਪੰਜ ਚੋਂ ਬਾਹਰ ਕਰਾਉਂਦਾ ਜਾਂ ਬਾਹਰ ਦਾ ਰਸਤਾ ਦਿਖਾਉਂਦਾ, ਤੇ ਕਿਵੇਂ ਅਕਾਲ ਤਖ਼ਤ ਦੇ ਸਨਮਾਨ ਨੂੰ ਲੈਂਦੇ ਹੋ? ਪਹਿਲੇ ਤਾਂ ਮੈਂ ਜਿਹੜਾ ਤੁਸੀਂ ਇੱਕ ਲਫ਼ਜ਼ ਮੈਨੂੰ ਮਾਣ ਬਖਸ਼ਿਆ ਕੰਟਰੋਵਰਸ਼ੀਅਲ ਦਾ, ਉਹਦੇ ਤੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ। ਕਿਸੇ ਨੇ ਬਹੁਤ ਅੱਛਾ ਕਿਹਾ ਸੀ, ਅਜਬ ਮੀਆਂ ਮੁਨੱਖਸ਼ ਹੈ ਨਹੀਓ ਮੇ ਨਸ਼ੀਓ ਮੇ, ਘੱਟੋ ਘੱਟ ਕੋਈ ਸਟੈਂਡ ਤੇ ਲੈਂਦਾ, ਇਹ ਨਾ ਹੋਏ ਕਿ ਵਿਚਕਾਰ ਲਾਈ ਹੋਏ। ਜਾਂ ਕਿਸੇ ਨੇ ਕਿਹਾ ਸੀ, ਕਹਿੰਦਾ ਕਿ ਦੁਨੀਆਂ ਕੀ ਕਸ਼ਮ ਕਸ਼ਮੇ ਮੁਹਾਲ ਮੁਸ਼ਕਿਲ ਹੈ ਬਚ ਕੇ ਰਹਿਣਾ, ਅਸੀਰ ਕਰ ਜਾਂ ਅਸੀਰ ਹੋ ਜਾ, ਸ਼ਿਕਾਰ ਕਰ ਜਾਂ ਸ਼ਿਕਾਰ ਹੋ ਜਾ, ਬੰਦੇ ਨੂੰ ਕੋਈ ਸਟੈਂਡ ਤੇ ਲੈਣਾ ਚਾਹੀਦਾ ਭਾਵੇਂ ਜਿਹੜਾ ਮਰਜ਼ੀ ਲਵੇ। ਹਾਂ, ਇਹ ਗੱਲ ਜ਼ਰੂਰ ਹੈ ਕਿ ਜਦੋਂ ਵੀ ਕੋਈ ਲਵੇ ਪਹਿਲਾਂ ਉਹ ਨਿਸ਼ਚਿਤ ਕਰ ਲਵੇ ਕਿ ਉਹਦਾ ਨਿਸ਼ਾਨਾ ਕੀ ਹੈ, ਉਹ ਸਹੀ ਹੈ ਜਾਂ ਗਲਤ ਹੈ। ਸੋ ਮੇਰਾ ਬਹੁਤ ਕਨਸੈਪਟ ਬਹੁਤ ਕਲੀਅਰ ਹੈ, ਬਹੁਤ ਸਪਸ਼ਟ ਹੈ ਕਿ ਕੋਈ ਵੀ ਗੱਲ ਜਿਹੜੀ ਕਰਨੀ ਹੈ, ਸਿੱਖ ਰਹਿਤ ਮਰਿਆਦਾ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ, ਸ੍ਰੀ ਹਰਿਮੰਦਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਜਿਹੜਾ ਗੁਰਦੁਆਰਾ ਐਕਟ ਹੈ ਉਹਦੇ ਤਹਿਤ ਹੋਣੀ ਚਾਹੀਦੀ ਹੈ, ਉਸ ਤੋਂ ਬਾਹਰ ਨਹੀਂ ਜਾਣੀ ਚਾਹੀਦੀ। ਜੋ ਸਿੱਖ ਪੰਥ ਦੇ ਨਿਯਮ ਲੋਕਾਂ ਨੂੰ ਡਿਸਟਰਬ ਕੀਤਾ, ਪਰਟਰਬ ਕੀਤਾ, ਤੁਸੀਂ ਲੋਕਾਂ ਦੇ ਪੂਰੇ ਸਿਸਟਮ ਥਿਊਰੀਆਂ ਨੂੰ ਵਿਗਾੜਿਆ ਹੈਗਾ। ਦੱਸਿਆ ਵੀ 3 ਜਾਂ 4 ਐਸੀਆਂ ਸ਼ਖਸੀਅਤਾਂ ਨੂੰ ਪੰਚੋਂ ਛੇਕਿਆ ਗਿਆ ਕਿਉਂਕਿ ਉਹ ਇਸ਼ੂਜ਼ ਨੂੰ ਤੁਸੀਂ ਪ੍ਰੋਪਰਲੀ ਹਾਈਲਾਈਟ ਕਰਨ ਵਿੱਚ ਕਾਮਯਾਬ ਰਹੇ। ਕਿਵੇਂ ਦਾ ਮਹਿਸੂਸ ਹੁੰਦਾ ਜਦੋਂ ਤੁਹਾਡੇ ਤੇ ਕਈ ਆਕਸ਼ੇਪ ਕੀਤੇ ਜਾਂਦੇ, ਤੁਹਾਨੂੰ ਆਰਐਸਐਸ ਦਾ ਏਜੰਟ ਤੱਕ ਵੀ ਕਿਹਾ ਗਿਆ ਇਹੋ ਜਿਹੇ ਕੁਝ ਲੋਕਾਂ ਵੱਲੋਂ? ਗੱਲ ਇਹ ਹੈਗੀ ਕਿ ਦੇਖੋ, ਜਦੋਂ ਵੀ ਕੋਈ ਬੰਦਾ ਕਰੇਗਾ ਉਹਦੇ ਤੇ ਕੋਈ ਨਾ ਕੋਈ ਇਲਜ਼ਾਮ ਤੇ ਲੱਗਣਗੇ ਹੀ ਲੱਗਣਗੇ। ਗੁਰਅਰਜਨ ਸਾਹਿਬ ਦੇ ਉੱਤੇ ਵੀ ਇਹ ਕਿਹਾ ਗਿਆ ਕਿ ਦੁਕਾਨ ਏ ਬਾਤਲ ਹੈ, ਝੂਠ ਦੀ ਦੁਕਾਨ ਹੈਗੀ ਹੈ, ਕਿਹੜਾ ਇਲਜ਼ਾਮ ਹੈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਤੇ ਨਹੀਂ ਲੱਗਾ। ਸੋ ਜਿਹੜਾ ਵੀ ਕੋਈ ਗੁਰੂ ਦਾ ਸਿੱਖ ਅਗਰ ਉਨ੍ਹਾਂ ਦੇ ਰਸਤੇ ਤੇ ਚੱਲਦਾ, ਇਹ ਤਾਂ ਸ਼ੁਰੂ ਤੋਂ ਰਿਹਾ ਹੈ ਕਿ ਸਿੱਖਾਂ ਨੂੰ ਸੱਗ ਵੀ ਕਿਹਾ ਗਿਆ। ਰਹਿ ਗਈ ਗੱਲ, ਇਹ ਇੱਕ ਬਹੁਤ ਵੱਡੀ ਸਾਨੂੰ ਤਸੱਲੀ ਹੈ ਕਿ ਜਿਹੜੇ ਮੁੱਦੇ ਚੁੱਕੇ ਹੈ, ਮੈਂ ਕਰਨ ਵਾਲਾ ਨਹੀਂ, ਅਗਰ ਜੋ ਕੁਝ ਵੀ ਹੋਇਆ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਂ ਪੰਥ ਦੀ ਸ਼੍ਰੋਮਣੀ ਸਰਮੌਰ ਜਥੇਬੰਦੀ ਵੱਲੋਂ ਹੋਇਆ, ਕਿਸੇ ਨਿੱਜੀ ਤੌਰ ਦੇ ਉੱਤੇ ਕੁਝ ਨਹੀਂਗਾ। ਔਰ ਜੇਕਰ ਉਹ ਅਗਰ ਕਿਸੇ ਚੀਜ਼ ਨੂੰ ਕਰਦੇ ਹੈਗੇ ਆ, ਤੇ ਉਹ ਉਨ੍ਹਾਂ ਨੇ ਬਿਲਕੁਲ ਨਿਯਮਾਂ ਦੇ ਮੁਤਾਬਕ, ਸਿੱਖ ਰਹਿਤ ਮਰਿਆਦਾ ਦੇ ਮੁਤਾਬਕ, ਗੁਰਮਤ ਦੇ ਅਨੁਸਾਰ ਉਹ ਸਾਰੇ ਫੈਸਲੇ ਕੀਤੇ ਗਏ। ਤੁਹਾਨੂੰ ਕੀ ਚੀਜ਼ ਡਰਾਈਵ ਕਰਦੀ ਜਦੋਂ ਤੁਹਾਡੇ ਇੰਟੈਂਸ਼ਨ ਸੀ ਜਾਂ ਤੁਹਾਡੇ ਪਿੱਛੇ ਇਸ ਕਿਸਮ ਦੀ ਗੱਲਬਾਤ ਕੀਤੀ ਜਾਂਦੀ ਵੀ ਆਰਐਸਐਸ ਦੀ ਸੋਚ ਨੂੰ ਉਹਦੀ ਪੈਰਵੀ ਕਰ ਰਹੇ ਨੇ ਲਾਂਬਾ ਸਾਹਿਬ? ਹਾਲ ਵਿੱਚ ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਦਾ ਪੂਰਾ ਇਸ਼ੂ ਹੋਇਆ, ਤੁਸੀਂ ਉਸ ਵਕਤ ਅਮਰੀਕਾ ਦੇ ਵਿੱਚ ਸੀਗੇ, ਇਸ ਰੋਚੈਸਟਰ ਦੀ ਉਸ ਘਟਨਾ ਨੂੰ ਜਿਸ ਤਰੀਕੇ ਨਾਲ ਤੁਸੀਂ ਉਭਾਰਿਆ, ਉਸ ਤੋਂ ਬਾਅਦ ਇਸ ਕਿਤੇ ਤਮਾਮ ਕਿਸਮ ਦੀ ਡਿਬੇਟ ਵੀ ਚੱਲੀ, ਤੁਹਾਡਾ ਨਾਮ ਸਪੈਸੀਫਿਕਲੀ ਆਇਆ? ਦੇਖੋ, ਆਰਐਸਐਸ ਦਾ ਮੈਂ ਇੱਕ ਬੜਾ ਤੁਹਾਨੂੰ ਜ਼ਰੂਰ ਆਰਐਸਐਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਆਰਐਸਐਸ ਦੀ ਸੰਵਿਧਾਨ, ਆਰਐਸਐਸ ਦੀ ਕਾਨਸਟੀਟਿਊਸ਼ਨ, ਉਹ ਸਾਰੀ ਬਿਲਕੁਲ ਸਾਹਮਣੇ ਹੈ, ਉਹਦੇ ਚ ਕੋਈ ਲੁਕੀ ਛਿਪੀ ਗੱਲ ਨਹੀਂ। ਆਰਐਸਐਸ ਦਾ ਨਿਸ਼ਾਨਾ, ਆਰੀਆ ਸਮਾਜ ਦਾ ਜੋ ਨਿਸ਼ਾਨਾ ਸੀ, ਜਿਹਦੇ ਵਿਚ ਆਰੀਆ ਸਮਾਜ ਦੇ ਸੰਸਥਾਪਕ ਸਵਾਮੀ ਦਯਾਨੰਦ ਦਾ ਨਿਸ਼ਾਨਾ ਬਹੁਤ ਸਪਸ਼ਟ ਉਨ੍ਹਾਂ ਨੇ ਸਤਿਆਰਥ ਪ੍ਰਕਾਸ਼ ਚ ਅੰਕਿਤ ਕਰ ਦਿੱਤਾ ਹੈ ਕਿ ਸਿੱਖ ਇਸ ਰੂਪ ਵਿਚ ਨਹੀਂ ਰਹਿਣਾ ਚਾਹੀਦਾ, ਇਹ ਉਨ੍ਹਾਂ ਦਾ ਨਿਸ਼ਾਨਾ। ਉਨ੍ਹਾਂ ਨੇ ਬਹੁਤ ਸਪਸ਼ਟ ਤੌਰ ਦੇ ਉਤੇ ਲਿਖ ਦਿੱਤਾ ਕਿ ਜੈਸੇ ਵਾਮ ਮਾਰਗਿਓ ਨੇ 5 ਮਕਾਰ ਚਲਾਏ, ਮੀਨ ਮੈਥੁਨ ਮਦਰਾ ਮੁਦਰਾ ਵਾਸ, ਉਸੀ ਤਰੀਕੇ ਸੇ ਗੁਰੂ ਗੋਬਿੰਦ ਸਿੰਘ ਨੇ 5 ਕਕਾਰ ਚਲਾ ਦੀਏ। ਇਹ
ਜਿਹੜੀ ਕਿ ਆਮ ਤੌਰ ਦੇ ਉੱਤੇ ਮੈਂ ਜ਼ਰੂਰ ਥੋੜੀ ਜਿਹੀ ਸਪਸ਼ਟ ਕਰਨੀ ਚਾਹਾਂਗਾ ਔਰ ਇੱਕ ਮਿੰਟ ਲੈਣਾ ਚਾਹਾਂਗਾ ਤੁਹਾਡਾ ਕਿ ਆਰ ਐਸ ਐਸ ਦੀਆਂ ਜਿੰਨੀਆਂ ਕਿਤਾਬਾਂ ਜਿੰਨੇ ਗ੍ਰੰਥ ਹੈ ਜਿੰਨੇ ਉਨ੍ਹਾਂ ਦੀ ਰਾਈਟਿੰਗਸ ਹੈ ਉਹ ਸਾਰੀ ਦੀ ਸਾਰੀ ਪੂਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿਚੋਂ ਕੋਟ ਕਰਦੇ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿਚੋਂ ਕੋਟ ਕਰਦੇ ਆ ਕਿ ਇੰਨੀ ਵਾਰੀ ਰਾਮ ਦਾ ਨਾਂ ਆਇਆ ਇੰਨੀ ਵਾਰੀ ਫਲਾਣਾ ਆਇਆ ਇੰਨੀ ਵਾਰੀ ਦਸਮ ਗ੍ਰੰਥ ਦੇ ਵਿਚੋਂ ਇੱਕ ਵੀ ਕੋਟੇਸ਼ਨ ਉਹ ਨਹੀਂ ਦੇ ਸਕੇ ਕਿਉਂਕਿ ਦਸਮ ਗ੍ਰੰਥ ਦੀ ਅਗਰ ਗੱਲ ਕੀਤੀ ਜਾਏ ਉਹ ਇਤਨੀ ਸਪਸ਼ਟ ਤੌਰ ਦੇ ਉੱਤੇ ਉਹ ਸਾਰੀ ਗੱਲ ਕਰਦਾ ਕਹੋ ਮਿਸਰ ਆਗੇ ਕਹਾਂ ਜਵਾਬ ਦੇਹੋ ਜਬੇ ਕਾਲ ਕੇ ਇੱਥੇ ਦਰਸ਼ਕਾਂ ਦੀ ਥੋੜੀ ਮੈਮਰੀ ਰਿਫਰੈਸ਼ ਕਰਨਾ ਚਾਹਾਂਗਾ ਕਿਉਂਕਿ ਬਹੁਤ ਸੇ ਐਸੇ ਲੋਕ ਜੋ ਇਸ ਗੱਲਬਾਤ ਨੂੰ ਸੁਣ ਰਹੇ ਨੇ ਉਹਨਾਂ ਦੀ ਬੈਕਗ੍ਰਾਉਂਡ ਨਹੀਂ ਹੈਗੀ ਹੈ ਹਾਲ ਵਿਚ ਹੀ ਜਿਹੜਾ ਕੰਟਰੋਵਰਸੀ ਹੋਈ ਸੀ ਦਸ਼ਮ ਗ੍ਰੰਥ ਦੀ ਵਿਰੋਧਤਾ ਕਰਦੇ ਨੇ ਪ੍ਰੋਫੈਸਰ ਦਰਸ਼ਨ ਸਿੰਘ ਸਾਹਿਬ ਠੀਕ ਹੈ ਉਨ੍ਹਾਂ ਨੇ ਉਹਦੀ ਵਿਰੋਧਤਾ ਕੀਤੀ ਉਹਦੇ ਵਿਚੋਂ ਕੁਝ ਕੋਟੇਸ਼ਨ ਦਿੱਤੀਆਂ ਜੋ ਕਿ ਆਬਜੈਕਸ਼ਨੇਬਲ ਸਾਊਂਡ ਕੀਤੀਆਂ ਜੀ ਤੁਹਾਡੇ ਵਰਗੀ ਸ਼ਖਸੀਅਤਾਂ ਸਨ ਜਿਨ੍ਹਾਂ ਨੇ ਕਿ ਬਹੁਤ ਵੱਡੇ ਪੱਧਰ ਤੇ ਅਮਰੀਕਾ ਦੇ ਵਿਚ ਰੇਡੀਓ ਸਟੇਸ਼ਨ ਟੈਲੀਵਿਜ਼ਨ ਸਟੇਸ਼ਨ ਦੇ ਉੱਤੇ ਇਹ ਚੀਜ਼ ਨੂੰ ਕ੍ਰਿਟੀਸਾਈਜ਼ ਕੀਤਾ ਜਿਸ ਤੋਂ ਬਾਅਦ ਕਿ ਪੂਰੇ ਹਾਲਾਤ ਪੈਦਾ ਹੋਏ ਉਸ ਤੋਂ ਬਾਅਦ ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਨੂੰ ਪੰਚੋ ਛੇਕਿਆ ਗਿਆ ਰਾਈਟ ਇਹ ਪੂਰੀ ਸਥਿਤੀ ਨੂੰ ਪੈਦਾ ਕਰਨ ਦੇ ਵਿਚ ਜਾਂ ਇਹਦੇ ਵਿਚ ਇਸ ਤਰੀਕੇ ਨਾਲ ਸਪੋਟਲਾਈਟ ਜਾਂ ਏਜੰਡਾ ਸੈੱਟ ਕਰਨ ਦੇ ਵਿਚ ਤੁਹਾਡੀ ਭੂਮਿਕਾ ਦੇ ਕੁਸਚਨ ਖੜੇ ਕੀਤੇ ਗਏ ਮੈਂ ਜਾਣਨਾ ਚਾਹੁੰਦਾ ਵੀ ਕਿ ਇਹ ਸਿਚੁਏਸ਼ਨ ਅਵੋਇਡੇਬਲ ਸੀ ਇਸ ਪੂਰੀ ਕੰਟਰੋਵਰਸੀ ਨੂੰ ਰੇਕਅਪ ਕਰਨ ਦੀ ਜਿਹੜੀ ਟਾਈਮਿੰਗ ਸੀ ਜਾਂ ਇਸ ਵਕਤ ਇਹਨੂੰ ਖੜਾ ਕਰਨਾ ਕਿੱਡਾ ਸੁਭਾਵਿਕ ਸੀ ਤੇ ਉਹਦੇ ਵਿਚ ਜੇ ਐਲੀਗੇਸ਼ਨ ਤੁਹਾਡੇ ਤੇ ਲੱਗਦੇ ਨੇ ਵੀ ਤੁਸੀਂ ਕੋਈ ਸ਼ਰਾਰਤ ਕੀਤੀ ਹੈ ਤਾਂ ਉਹਨੂੰ ਤੁਸੀਂ ਕਿਵੇਂ ਲੈਂਦੇ ਹੋ ਮੈਂ ਦੋ ਗੱਲਾਂ ਇਹਦੇ ਚ ਹੈਗੀਆਂ ਇੱਕ ਤਾਂ ਕਿ ਉਹ ਕੰਟਰੋਵਰਸੀ ਜਿਹੜੀ ਸੀ ਦਸਮ ਗ੍ਰੰਥ ਬਾਰੇ ਸੀ ਇਹ ਤੁਸੀਂ ਕਹਿਣਾ ਚਾਹੁੰਦੇ ਉਨ੍ਹਾਂ ਨੇ ਕੁਝ ਕੋਟ ਕੀਤਾ ਦੂਜਾ ਹੈਗਾ ਉਹਦੀ ਲੋੜ ਕੀ ਸੀ ਇਹ ਦੋ ਵੱਖਰੇ ਵੱਖਰੇ ਸਵਾਲ ਹੈ ਮੈਂ ਦੋਨਾਂ ਦੇ ਵੱਖਰੇ ਜਵਾਬ ਦੇਣੇ ਚਾਹਾਂਗਾ ਪੋਜੀਸ਼ਨਸ ਬੜੀ ਕਲੀਅਰ ਹੈਗੀਆਂ ਨੇ ਦਸਮ ਗ੍ਰੰਥ ਦਾ ਦੇ ਮੁਖਾਲਫਤ ਕਰ ਰਹੇ ਨੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਇਸ ਕਰਕੇ ਮੈਂ ਤੁਹਾਨੂੰ ਦੋਨੋਂ ਕਲੀਅਰ ਕਰਨੀਆਂ ਚਾਹਾਂਗਾ ਸਭ ਤੋਂ ਪਹਿਲੀ ਗੱਲ ਤੇ ਹੈਗਾ ਕਿ ਪ੍ਰੋਫੈਸਰ ਦਰਸ਼ਨ ਸਿੰਘ ਦਸਮ ਗ੍ਰੰਥ ਦੀ ਮੁਖਾਲਫਤ ਨਹੀਂ ਕਰ ਰਹੇ ਉਹ ਸਿੱਖ ਰਹਿਤ ਮਰਿਆਦਾ ਦੀ ਮੁਖਾਲਫਤ ਕਰ ਰਹੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹਰ ਉਸ ਬਾਣੀ ਦੀ ਕਰ ਰਹੇ ਉਹ ਪੰਜਾਂ ਤਖਤਾਂ ਦੀ ਕਰ ਰਹੇ ਉਹ ਕਹਿ ਰਹੇ ਕਿ ਤੁਹਾਨੂੰ ਉਥੋਂ ਦੁਰਗੰਧ ਨਹੀਂ ਆਉਂਦੀ ਉਹ ਹਰ ਚੀਜ਼ ਦੀ ਤੁਹਾਡੇ ਸ਼ਬਦ ਹੈਗੇ ਨਹੀਂ ਉਹਨਾਂ ਦੇ ਰਿਕਾਰਡਿੰਗ ਹੈ ਉਹਨਾਂ ਦੀ ਰਿਕਾਰਡਿੰਗਸ ਹੈਗੀਆਂ ਕੋਈ ਵੀ ਚੀਜ਼ ਅੱਜ ਮੈਂ ਕਹਿ ਰਿਹਾ ਅੱਜ ਮੈਂ ਤੁਹਾਡੇ ਇਸ ਪਲੇਟਫਾਰਮ ਤੋਂ ਦਰਸ਼ਕਾਂ ਦੇ ਸਾਹਮਣੇ ਕਰਨੀ ਚਾਹਾਂਗਾ ਕਿ ਜਿਹੜੀ ਵੀ ਚੀਜ਼ ਅੱਜ ਮੈਂ ਤੁਹਾਨੂੰ ਕਹਿ ਰਿਹਾ ਜੋ ਵਿਦ ਇਨ ਕੋਟਸ ਕਹਿ ਰਿਹਾ ਅਗਰ ਉਹਦੇ ਵਿੱਚੋਂ ਕੋਈ ਵੀ ਕਦੀ ਵੀ ਗਲਤ ਗੱਲ ਸਾਬਤ ਹੋਏ ਮੈਨੂੰ ਜਿਹੜੀ ਮਰਜ਼ੀ ਜਿਹੜੀ ਤੁਸੀਂ ਮੇਰੇ ਦੇ ਉੱਤੇ ਸਜ਼ਾ ਲਗਾ ਸਕਦੇ ਹੋ ਉਹਨਾਂ ਦੀਆਂ ਕੋਟਸ ਹੈ ਸਵਾਲ ਇਹ ਹੈਗਾ ਕਿ ਦਸਮ ਗ੍ਰੰਥ ਦੀ ਵਿਰੋਧਤਾ ਇਹ ਆਮ ਇੰਪ੍ਰੈਸ਼ਨ ਦਿੱਤਾ ਗਿਆ ਕਿ ਪ੍ਰੋਫੈਸਰ ਦਰਸ਼ਨ ਸਿੰਘ ਦਾ ਰਾਚੈਸਟਰ ਦੇ ਵਿੱਚ ਦਸਮ ਗ੍ਰੰਥ ਦੀ ਵਿਰੋਧਤਾ ਕਰਨ ਕਰਕੇ ਵਾਵੇਲਾ ਉਠਿਆ ਇਹ ਬਿਲਕੁਲ 100% 100% ਬਿਲਕੁਲ ਗਲਤ ਬਿਆਨੀ ਹੈ ਪ੍ਰੋਫੈਸਰ ਮੈਂ ਦੱਸ ਰਿਹਾ ਹਾਂਜੀ ਇਹੀ ਗੱਲ ਹੁੰਦੀ ਹੈ ਕਾਨੂੰਨ ਚ ਕਿਹਾ ਜਾਂਦਾ ਇਫ ਦੀ ਲਾਅ ਇਜ਼ ਇਨ ਯੋਰ ਫੇਵਰ ਆਈਦਰ ਕੋਟ ਇਟ ਔਰ ਸ਼ਾਊਟ ਇਫ ਯੂ ਵਾਂਟ ਟੂ ਕਨਵਿੰਸ ਅ ਮੈਨ ਫਸਟ ਕਨਫਿਊਜ਼ ਹਿਮ ਸਵਾਲ ਇਹ ਹੈ ਕਿ ਪ੍ਰੋਫੈਸਰ ਦਰਸ਼ਨ ਸਿੰਘ ਨੇ ਕੁਝ ਲਫ਼ਜ਼ ਬੋਲੇ ਵਿਦ ਇਨ ਕੋਟਸ ਉਹ ਲਫ਼ਜ਼ ਸੀ ਪ੍ਰੋਫੈਸਰ ਦਰਸ਼ਨ ਸਿੰਘ ਨੇ ਕੁਝ ਐਸੇ ਲਫ਼ਜ਼ ਬੋਲੇ ਔਰ ਇਹ ਕਿਹਾ ਕਿ ਇਹ ਦਸਮ ਗ੍ਰੰਥ ਦੇ ਵਿਚ ਹੈਗੇ ਔਰ ਇਹ ਕਹਿ ਕੇ ਉਨ੍ਹਾਂ ਨੇ ਦਸਮ ਗ੍ਰੰਥ ਨੂੰ ਨਿੰਦਣ ਦੀ ਭੰਡਣ ਦੀ ਕ੍ਰਿਟੀਸਾਈਜ਼ ਕਰਨ ਦੀ ਕੰਡੈਮ ਕਰਨ ਦੀ ਕੋਸ਼ਿਸ਼ ਕੀਤੀ ਇਸ਼ੂ ਇਹ ਸੀ ਕਿ ਦਸਮ ਗ੍ਰੰਥ ਦੇ ਵਿਚ ਉਹ ਲਫ਼ਜ਼ ਹੈ ਹੀ ਨਹੀਂ ਬਿਲਕੁਲ ਨਹੀਂ ਹੁਣ ਮੈਂ ਕਹਾਂ ਮੈਂ ਉਹ ਦੱਸਦਾ ਹਾਂਜੀ ਮੈਂ ਦੱਸ ਰਿਹਾ ਮੈਂ ਉਹ ਦੱਸ ਇਹ ਬਹੁਤ ਜ਼ਰੂਰੀ ਹੈ ਇਹ ਪਹਿਲਾ ਜਿਹੜਾ ਪਾਰਟ ਹੈ ਪਲੀਜ਼ ਮੈਨੂੰ ਦੱਸਦਾ ਹਾਂਜੀ ਮੈਂ ਦੱਸਣਾ ਉਹਦੇ ਚ ਇਹ ਹੈ ਕਿ ਜਿਹੜੇ ਉਨ੍ਹਾਂ ਨੇ ਲਫ਼ਜ਼ ਕਹੇ ਉਹਦੇ ਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਦਾੜੀ ਫੜੀ ਘੁਮਾਈ ਔਰ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦਾੜੀ ਫੜ ਕੇ ਉਨ੍ਹਾਂ ਦੀ ਪੱਗ ਲਾਤੀ ਉਨ੍ਹਾਂ ਦੇ ਸਿਰ ਚ ਜੁੱਤੀਆਂ ਮਾਰੀਆਂ ਇਹ ਜਿਹੜੀ ਸਾਰੀ ਗੱਲਾਂ ਬਾਤਾਂ ਹੈ ਪਰ ਇਹ ਦਸਮ ਗ੍ਰੰਥ ਹੈ ਹੀ ਨਹੀਂ ਸੰਬੜੀ ਕੋਟਿੰਗ ਸਮਥਿੰਗ ਨਹੀਂ ਮਿਸ ਕੋਟ ਕਰਕੇ ਕਰ ਰਿਹਾ ਹੈਗਾ ਉਸਦੀ ਕੰਟਰੋਵਰਸੀ ਕਿਸ ਲੈਵਲ ਤੇ ਹੋਣੀ ਚਾਹੀਦੀ ਹੈ ਬਿਲਕੁਲ ਮੈਂ ਦੱਸ ਰਿਹਾ ਉਹਦੇ ਬਾਅਦ ਐਕਸਟੈਂਡ ਵੀ ਸਾਬਕਾ ਜਥੇਦਾਰ ਨੂੰ ਕਮਿਊਨੀਕੇਸ਼ਨ ਫੇਸ ਕਰਨਾ ਮੈਂ ਦੱਸ ਸਕਦਾ ਬਿਲਕੁਲ ਦੱਸ ਸਕਦਾ ਬਿਲਕੁਲ ਉਹਦੇ ਬਾਅਦ ਜਦੋਂ ਉਨ੍ਹਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਆ ਕੇ ਇੱਥੇ ਜਵਾਬ ਦਿਓ ਉਨ੍ਹਾਂ ਨੇ ਕਿਹਾ ਮੈਂ 6 ਮਹੀਨੇ ਬਾਅਦ ਜਵਾਬ ਦਿਆਂਗਾ ਦੂਜੇ ਦਿਨ ਪ੍ਰੈਸ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਇਹ ਕਿਹਾ ਉਹਦੇ ਬਾਅਦ ਉਹ ਟੀਵੀ ਦੇ ਉੱਤੇ ਆਏ 70 ਮਿੰਟ ਪੂਰੇ 70 ਮਿੰਟ ਹੀ ਗੋਟ ਦੀ ਓਪਰਚੁਨਿਟੀ ਮੌਕਾ ਮਿਲਿਆ ਉਨ੍ਹਾਂ ਨੇ ਕੋਈ ਇਤਰਾਜ਼ ਨਹੀਂ ਕੀਤਾ ਕਿ ਇਹਦੇ ਚ ਕੋਈ ਗਲਤ ਬਿਆਨੀ ਹੈ ਜਾਂ ਮੈਂ ਗਲਤ ਕਿਹਾ ਜਾਂ ਮਿਸ ਕੋਟ ਕੀਤਾ ਜਾਂ ਉਨ੍ਹਾਂ ਦੀ ਸੀ ਡੀ ਟਿਊਟਡ ਹੈ ਉਨ੍ਹਾਂ ਨੇ ਬਿਲਕੁਲ ਨਹੀਂ ਇਹ ਕਾਫੀ ਦੇਰ ਬਾਅਦ ਆਫਟਰ ਥਾਟ ਹੈ ਉਨ੍ਹਾਂ ਨੇ ਇੱਕ ਨਵਾਂ ਪੈਤੜਾ ਲਿਆ ਇਹ ਸੀ ਡੀ ਮੇਰੀ ਜਿਹੜੀ ਹੈ ਇਹ ਟਿਊਟਡ ਕੀਤੀ ਗਈ ਹੈ ਸਵਾਲ ਇਹ ਪਹਿਲਾਂ ਤੇ ਹੈਗਾ ਕਿ ਦਸਮ ਗ੍ਰੰਥ ਚ ਨਹੀਂ ਸੀ ਆਪਣੇ ਕੋਲੋਂ ਬਣਾਏ ਅਕਾਲ ਤਖ਼ਤ ਸਾਹਿਬ ਨੇ ਵੀ ਸਿੰਪਲ ਇੱਕ ਲਫ਼ਜ਼ ਕਿਹਾ ਕਿ ਤੁਸੀਂ ਦੱਸ ਦਿਓ ਕਿੱਥੇ ਹੈ ਅੱਜ ਦੀ ਡੇਟ ਵਿਚ ਵੀ ਉਹ ਦਸਮ ਗ੍ਰੰਥ ਪਿਆ 10 ਦਿਨ ਇਹ ਪੰਨਾ ਇਹ ਪੇਜ ਹੈ ਇਹ ਕੋਟੇਸ਼ਨ ਹੈ ਇਹ ਹੈ ਗੱਲ ਮੁੱਕ ਜਾਏਗੀ ਸਾਰੇ ਜਿੰਨੇ ਸ਼ਿਕਾਇਤ ਕਰਤਾ ਹਾਂਜੀ ਹੁਣ ਅਵਾਇਡ ਕਰਨ ਦੀ ਉਹ ਮੈਂ ਦੱਸ ਰਿਹਾ ਕਿੰਨੀ ਕੁ ਅਵਾਇਡ ਕੀਤੀ ਜਾ ਸਕਦੀ ਹੈ ਬਿਲਕੁਲ ਠੀਕ ਹੈ ਅੱਜ ਦੀ ਤਾਰੀਖ ਦੇ ਵਿੱਚ ਇਸ ਕਿਸਮ ਦੀ ਕੰਟਰੋਵਰਸੀ ਨੂੰ ਅਵਾਇਡ ਕਰਨਾ ਕਿੰਨੀ ਵੱਡੀ ਜ਼ਰੂਰਤ ਹੈ ਬਿਲਕੁਲ ਤੁਹਾਡੇ ਹਿਸਾਬ ਨਾਲ ਇਹਦੀ ਲੋੜ ਕੀ ਸੀ ਵੇਖ ਤੋਂ ਬਾਅਦ ਸਵਾਗਤ ਹੈ ਪ੍ਰੋਗਰਾਮ ਸਟੇਟ ਟਾਕ ਵਿੱਚ ਸਾਡੀ ਗੱਲਬਾਤ ਚੱਲਦੀ ਹੈ ਗੁਰਚਰਨਜੀਤ ਸਿੰਘ ਲਾਂਬਾ ਸਾਹਿਬ ਦੇ ਨਾਲ ਐਡੀਟਰ ਸੰਸਿਪਾਹੀ ਲਾਂਬਾ ਸਾਹਿਬ ਨਾਲ ਗੱਲ ਹੋ ਰਹੀ ਹੈ ਪ੍ਰੋਫੈਸਰ ਦਰਸ਼ਨ ਸਿੰਘ ਹੋਣਾ ਬਾਰੇ ਉਹ
ਸਿੱਖ ਪੰਥ ਦੇ ਵਿਚ ਇਸ ਟਾਈਮ ਬਹੁਤ ਜ਼ਿਆਦਾ ਚੁਣੌਤੀਆਂ ਹੈਗੀਆਂ ਨੇ, ਬਹੁਤ ਜ਼ਿਆਦਾ ਚੈਲੰਜਸ ਹੈਗੇ ਨੇ, ਬਹੁਤ ਜ਼ਿਆਦਾ ਪ੍ਰੋਬਲਮਸ ਹੈਗੀਆਂ ਨੇ, ਯੂ ਨੋ ਉਹਨਾਂ ਨਾਲ ਵਾਵਸਥਾ ਹੋ ਰਿਹਾ ਹਰ ਟਾਈਮ। ਕਮਿਊਨਿਟੀ ਖਾਸ ਕਰਕੇ ਸਿੱਖ ਲੀਡਰਸ਼ਿਪ ਜਿਹੜੀ ਰਿਲੀਜੀਅਸ ਲੀਡਰਸ਼ਿਪ ਹੈ ਉਹ ਬਹੁਤ ਜ਼ਿਆਦਾ ਚੈਲੰਜਸ ਤੋਂ ਗੁਜ਼ਰ ਰਹੀ ਹੈ। ਇਹ ਸਾਰੇ ਚੈਲੰਜਸ ਦੇ ਚਲਦਿਆਂ ਅਸੀਂ ਕੁਝ ਐਸੇ ਫੈਕਟਸ ਲਿਆ ਕੇ ਸਾਹਮਣੇ ਖੜੇ ਕਰ ਦਿੰਦੇ ਹਾਂ ਜਿਨ੍ਹਾਂ ਨੂੰ ਟੇਕਅਪ ਇੱਕ ਐਸੇ ਤਰੀਕੇ ਨਾਲ ਲਿਆ ਜਾਂਦਾ ਵੀ ਪੂਰੀ ਇੱਕ ਕੰਟਰੋਵਰਸੀ, ਇੱਕ ਆਪਾਂ ਕਹਿ ਸਕਦੇ ਬਿਯੋਂਡ ਅ ਪੁਆਇੰਟ ਆਫ ਰਿਟਰਨ ਜਿਹੜੀ ਹੈ ਅੱਗੇ ਵੱਧ ਜਾਂਦੀ ਹੈਗੀ, ਉਹਦੇ ਚ ਵਾਪਸੀ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ। ਲੋੜ ਪੰਥ ਨੂੰ ਜੋੜਨ ਦੀ ਹੈਗੀ, ਇੱਥੇ ਅਸੀਂ ਦੇਖ ਰਹੇ ਵੀ ਅਸੀਂ ਲੋਕਾਂ ਨੂੰ ਕਮਿਊਨੀਕੇਸ਼ਨ ਦਾ ਸਾਹਮਣਾ ਕਰਨਾ ਪਿਆ। ਮੈਂ ਇਸੇ ਵਾਸਤੇ ਜਾਣਾ ਚਾਹ ਰਿਹਾ ਵੀ ਕੰਟਰੋਵਰਸੀਸ ਕਿੰਨੇ ਕੁ ਅਵਾਇਡੇਬਲ ਸੀ, ਇਹਨਾਂ ਤੇ ਨੋਟਿਸ ਕਿੰਨਾ ਕੁ ਇਗਨੋਰ ਕੀਤਾ ਜਾ ਸਕਦਾ ਸੀਗਾ, ਕੁਡ ਦੇਰ ਹੈਵ ਬੀਨ ਅ ਵੇ ਆਊਟ, ਬੈਟਰ ਤਰੀਕੇ ਹੋ ਸਕਦੇ ਸੀਗੇ। ਦੇਖੋ ਜੀ, ਕਿਤਨਾ ਸਭਿਯ ਤਰੀਕਾ, ਕਿਤਨਾ ਇੱਕ ਮੁਹੱਜ਼ਬ ਤਰੀਕਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਇੱਕ ਪਹਿਲੇ ਤਿੰਨ ਹੁਕਮਨਾਮੇ ਦਿੱਤੇ ਔਰ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਤੁਹਾਨੂੰ ਬੇਨਤੀ ਹੈ ਤੁਸੀਂ ਇਸ ਪੋਸਟ ਤੇ ਰਹਿ ਚੁੱਕੇ ਹੋ, ਤੁਸੀਂ ਕੰਟਰੋਵਰਸੀਜ਼ ਨਾ ਕਰੋ ਇਗਨੋਰ ਕੀਤਾ ਔਰ ਐਦਕੀ ਵੀ ਉਨ੍ਹਾਂ ਨੂੰ ਸਿੰਪਲ ਇੱਕ ਚਿੱਠੀ ਭੇਜੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਿ ਇਹ ਤੁਹਾਡੇ ਵੱਲੋਂ ਕੋਈ ਦਿਲ ਦੁਖਾਓ ਉੱਥੇ ਬਿਆਨ ਦਿੱਤਾ ਗਿਆ, ਤੁਸੀਂ ਇਹਦਾ ਸਾਨੂੰ ਸਪਸ਼ਟੀਕਰਨ ਦੇ ਦਿਓ। ਸਪਸ਼ਟੀਕਰਨ ਮੰਗਿਆ, ਹੋਰ ਤੇ ਕੁਝ ਨਹੀਂ ਕੀਤਾ, ਸਪਸ਼ਟੀਕਰਨ ਤੁਸੀਂ ਦੱਸ ਦਿਓ ਜੀ, ਇਹ ਉਹਨੇ ਗਲਤ ਬਿਆਨੀ ਦਿੱਤੀ ਹੈ, ਟੀਵੀ ਨੇ ਗਲਤ ਕਿਹਾ, ਤੁਸੀਂ ਦੱਸ ਦਿਓ ਇੱਥੇ ਹੈਗਾ ਮੇਰੀ, ਮੈਂ ਬਰੀ ਹੋ ਜਾਂਦਾ। ਲਾਂਬਾ ਸਾਹਿਬ, ਇੱਥੇ ਮੈਂ ਥੋੜਾ ਜਿਹਾ ਇਸ ਇਸ਼ੂ ਤੋਂ ਡਾਇਵਰਟ ਹੁੰਦਾ ਹੈ, ਉਹਨਾਂ ਨੂੰ ਇਸ ਤੋਂ ਬਾਅਦ ਗੁਰਬਖਸ਼ ਸਿੰਘ ਕਾਲਾ ਅਫਗਾਨਾ ਉਹਨਾਂ ਨੂੰ ਪੰਚ ਚੋਂ ਛੇਕਿਆ ਗਿਆ, ਜੋਗਿੰਦਰ ਸਿੰਘ ਐਡੀਟਰ ਸਪੋਕਸਮੈਨ ਉਹਨਾਂ ਨੂੰ ਵੀ ਪੰਚ ਚੋਂ ਉਹਨਾਂ ਦੇ ਖਿਲਾਫ਼ ਜਿਸ ਕਿਸਮ ਦੀ ਕਾਰਵਾਈ ਰਹੀ। ਬਹੁਤ ਸੇ ਐਸੇ ਲੋਕ ਹੈਗੇ ਨੇ ਜੋ ਕਿ ਸਿੱਧੇ ਤਰੀਕੇ ਨਾਲ ਡਾਇਰੈਕਟਲੀ ਔਰ ਇਨਡਾਇਰੈਕਟਲੀ ਦੇ ਆਰ ਅਫੈਕਟਡ ਬਾਈ ਗੁਰਚਰਨਜੀਤ ਸਿੰਘ ਲਾਂਬਾ ਜੀ, ਐਮ ਆਈ ਟਰੂ? ਤੇ ਹੁਣ ਮੈਂ ਕਿ ਇਹਦੇ ਚ ਤੇ ਮੇਰਾ ਕਸੂਰ ਨੀਗਾ, ਮੈਂ ਅਗਰ ਬਤੌਰੇ ਸਿੱਖ ਦੇ ਅਗਰ ਆਪਣਾ ਫਰਜ਼ ਪੂਰਾ ਕਰ ਰਿਹਾ, ਹਾਂ ਅਗਰ ਮੈਂ ਉਹਦੇ ਚ ਕੋਈ ਗਲਤ ਕੀਤੀ ਹੈ, ਅਗਰ ਕੋਈ ਗਲਤ ਬਿਆਨੀ ਕੀਤੀ ਹੈਗੀ ਹੈ, ਬਲਕਿ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਚੱਲਣਾ, ਉਹਦੇ ਮੁਤਾਬਕ ਉਹਦਾ ਪ੍ਰਚਾਰ ਪ੍ਰਸਾਰ ਕਰਨਾ, ਸਿੱਖ ਉਹਦਾ ਕਰਨਾ, ਇਹ ਹਰ ਸਿੱਖ ਦਾ ਅਵਲ ਫਰਜ਼ ਹੈ। ਗੁਰੂ ਨਹੀਂ ਜਿਹੜਾ ਕਿ ਗੁੱਸੇ ਵਿਚ ਆ ਜਾਏ, ਔਰ ਉਹ ਸਿੱਖ ਨਹੀਂ ਜਿਹੜਾ ਗੁਰੂ ਦੀ ਨਿਰਾਦਰੀ ਬਰਦਾਸ਼ਤ ਕਰ ਜਾਏ। ਗੁਰੂ ਦੀ ਨਿਰਾਦਰੀ ਹੋਏ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉੱਤੇ ਐਸੇ ਅਲਫਾਜ਼ ਵਰਤੇ ਜਾਣ ਔਰ ਇਤਨੇ ਘਿਨਾਉਣੇ ਲਫ਼ਜ਼ ਵਰਤੇ ਜਾਣ, ਅਗਰ ਉਸ ਦੇ ਬਾਅਦ ਉਹ ਸਿੱਖ ਹੋ ਕੇ ਸੁਣ ਕੇ ਅਗਰ ਉਹ ਬਰਦਾਸ਼ਤ ਕਰ ਲੈਂਦਾ, ਮੈਨੂੰ ਤਾਂ ਸਿੱਖ ਹੋਣ ਦੇ ਉੱਤੇ ਹਾਲਾਂਕਿ ਆਈ ਡੋਂਟ ਵਾਂਟ ਟੂ ਐਂਟਰ ਇਨ ਟੂ ਐਨ ਆਰਗੂਮੈਂਟ, ਲੇਕਿਨ ਵੱਡਾ ਸਵਾਲ ਹੈਗਾ ਵੀ ਜੋ ਪ੍ਰੋਫੈਸਰ ਦਰਸ਼ਨ ਸਿੰਘ ਹੋਣਾ ਨੇ ਕਿਹਾ ਜੀ, ਉਹਦੇ ਵਿਚ ਵੀ ਉਨ੍ਹਾਂ ਨੇ ਇਸ ਕਿਸਮ ਦੀ ਸ਼ਬਦਾਵਲੀ ਜੇ ਕਿਤੇ ਵਰਤੀ ਗਈ ਸੀ, ਜਿਹੜੀ ਉਨ੍ਹਾਂ ਦੇ ਅਸਾਰ ਨਾਲ ਉਹ ਦਸ਼ਮ ਗ੍ਰੰਥ ਵਰਤੀ ਗਈ ਨਹੀਂ ਹੈਗੀ ਨਾ, ਨਹੀਂ ਹੈਗੀ, ਗਲਤੀ ਨਹੀਂ ਹੋ ਸਕਦੀ, ਲੇਕਿਨ ਉਹਨੂੰ ਕ੍ਰਿਟੀਸਾਈਜ਼ ਕਰ ਰਹੇ ਨੇ। ਹਾਂਜੀ, ਉਹ ਵਰਤ ਨਹੀਂ ਰਹੇ ਨੇ, ਮੈਂ ਕਰ ਇਸ ਕਰਕੇ ਕਹਿ ਰਿਹਾ, ਤੁਸੀਂ ਦੋ ਚੀਜ਼ਾਂ ਨੂੰ ਮਿਕਸ ਕਰ ਰਹੇ ਹੋ। ਨਹੀਂ ਸਰ, ਮੈਂ ਇੱਕ ਇੰਪ੍ਰੈਸ਼ਨ ਜਿਹੜਾ ਕ੍ਰੀਏਟ ਕੀਤਾ ਗਿਆ ਉਹ ਇਹ ਕ੍ਰੀਏਟ ਕੀਤਾ ਗਿਆ ਵੀ ਪ੍ਰੋਫੈਸਰ ਦਰਸ਼ਨ ਸਿੰਘ ਹੋਣਾ ਨੇ ਸ਼ਬਦਾਵਲੀ ਵਰਤੀ, ਜਦਕਿ ਉਹ ਉਸ ਕਿਸਮ ਦੀ ਸ਼ਬਦਾਵਲੀ ਜੇ ਕਿਤੇ ਵਰਤੀ ਗਈ ਹੈ ਉਹਦੀ ਵਿਰੋਧਤਾ ਕਰ ਰਹੇ ਸੀਗੇ। ਹੁਣ ਸਪਿਰਿਟ ਤਾਂ ਉਨ੍ਹਾਂ ਦੀ ਵੀ ਉਸ ਕਿਸਮ ਨਾਲ ਮਾੜੀ ਵੀ ਸੀ, ਮੇ ਬੀ ਹੀ ਮਿਸਕੋਟਡ, ਠੀਕ ਹੈ, ਟੂ ਦੈਟ ਐਕਸਟੈਂਟ ਯੂਅਰ ਰਾਈਟ, ਵੀ ਉਹਨਾਂ ਨੂੰ ਮਿਸਕੋਟ ਕਰਨ ਦਾ ਹੱਕ ਨਹੀਂ ਸੀਗਾ ਜੇ ਉਹ ਵਾਕਿਲ ਪੰਕਤੀਆਂ ਨਹੀਂ ਹੈਗੀਆਂ ਦਸ਼ਮ ਗ੍ਰੰਥ। ਹਾਂਜੀ, ਪਰ ਵੱਡਾ ਸਵਾਲ ਇਹ ਹੈ ਵੀ ਆਪਾਂ ਉਹਨਾਂ ਦੀ ਇੰਟੈਂਸ਼ਨ ਤੇ ਸਪਿਰਿਟ ਨੂੰ ਉਸ ਤਰੀਕੇ ਨਾਲ ਉਛਾਲਤਾ ਨਹੀਂ। ਇੰਟੈਂਸ਼ਨ ਬੜੀ ਕਲੀਅਰ ਹੈ, ਇੰਟੈਂਸ਼ਨ ਬਹੁਤ ਸਪਸ਼ਟ ਹੈ ਕਿ ਪਹਿਲੀ ਗੱਲ ਤੇ ਅਸੀਂ ਜਿਹੜੇ ਬਾਰ ਬਾਰ ਕਿਹਾ ਗਿਆ ਕਿ ਜੇ ਇਹ ਲਫ਼ਜ਼ ਜਿਧਰੇ ਵੀ ਹੈਗੇ ਆ, ਜਿਸ ਗ੍ਰੰਥ ਚ ਹੈ, ਉਸ ਗ੍ਰੰਥ ਨੂੰ ਜਲਾ ਦਿੱਤਾ ਜਾਏ, ਉਸ ਗ੍ਰੰਥ ਨੂੰ ਸਾੜ ਦਿੱਤਾ ਜਾਏ। ਪ੍ਰੋਫੈਸਰ ਦਰਸ਼ਨ ਸਿੰਘ ਦੀ ਇੰਟੈਂਸ਼ਨ ਉਨ੍ਹਾਂ ਲਫ਼ਜ਼ਾਂ ਨਾਲ ਨਹੀਂ ਹੈ, ਉਨ੍ਹਾਂ ਨੂੰ ਦਸਮ ਗ੍ਰੰਥ ਨਾਲ ਨਹੀਂ ਹੈ, ਉਨ੍ਹਾਂ ਦਾ ਨਿਸ਼ਾਨਾ ਸਾਰੇ ਦਾ ਸਾਰਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹਰ ਜੁੜੀ ਹੋਈ ਚੀਜ਼ ਦੇ ਨਾਲ, ਭਾਵੇਂ ਉਨ੍ਹਾਂ ਦਾ ਤਖ਼ਤ ਹੈ, ਭਾਵੇਂ ਉਨ੍ਹਾਂ ਦੀ ਮਰਿਆਦਾ, ਉਨ੍ਹਾਂ ਦੀਆਂ ਰਾਈਟਿੰਗਸ ਹੈਗੀਆਂ, ਉਨ੍ਹਾਂ ਦੀਆਂ ਲਿਖਤਾਂ, ਉਨ੍ਹਾਂ ਦੇ ਬਿਆਨ ਹੈਗੇ, ਉਹ ਨਹੀਂ ਓਨ ਕਰਨਾ ਚਾਹੁੰਦੇ, ਤੁਹਾਡੇ ਸ਼ਬਦ ਹੈਗੇ ਨੇ, ਯੂ ਹੈਵ ਟੂ ਬੀ ਵੈਰੀ ਕਲੀਅਰ ਕਿ ਤੁਸੀਂ ਵੈਰੀ ਕਲੀਅਰ ਉਨ੍ਹਾਂ ਦੇ ਲਫ਼ਜ਼, ਯੂ ਕੈਨ ਨਾਟ ਵਾਊਚ ਫਾਰ ਹਿਮ ਨਾ, ਤੁਸੀਂ ਉਨ੍ਹਾਂ ਲਈ ਬਿਆਨ ਨਹੀਂ ਦੇ ਸਕਦੇ, ਮੈਂ ਨਹੀਂ ਦੇ ਸਕਦਾ, ਮੈਂ ਉਨ੍ਹਾਂ ਦੀਆਂ ਲਿਖਤਾਂ ਜਿਹੜੀਆਂ ਆਈਆਂ, ਜਿਹੜੇ ਉਨ੍ਹਾਂ ਦੇ ਬਿਆਨ, ਲੈਟਸ ਗੈਟ ਆਊਟ ਆਫ ਇਟ ਬਿਕੋਜ਼ ਅਦਰਵਾਈਜ਼ ਵਿਲ ਇਨਵੋਲਵ ਇਨ ਅ ਵੈਰੀ ਡਿਫਰੈਂਟ ਜਿਹੜੀ ਗੱਲਬਾਤ ਆ ਜਾਾਂਗੇ। ਇਸ ਤੋਂ ਇਲਾਵਾ ਤੁਸੀਂ ਸਮੇਂ ਤੇ ਬਹੁਤ ਐਕਟਿਵਲੀ ਤੇ ਪ੍ਰੋਐਕਟਿਵਲੀ ਕੰਮ ਕਰਦੇ ਰਹੇ ਹੋ, ਤੁਸੀਂ ਬਹੁਤ ਲੋਕਾਂ ਨੂੰ ਪ੍ਰੋਵੋਕ ਕੀਤਾ ਹੈਗਾ, ਰਾਈਟਲੀ ਔਰ ਰੋਂਗਲੀ। ਆਪਣੇ ਇਸ ਕਿਰਦਾਰ ਨੂੰ ਕਿਵੇਂ ਵੇਖਦੇ ਹੋ, ਵਿਚ ਲੈਂਡ ਯੂ ਇਨ ਟ੍ਰਬਲ ਆਲਸੋ ਸਮ ਟਾਈਮ, ਇਨ ਦਾ ਸੈਂਸ ਕਿ ਲੋਕ ਤੁਹਾਨੂੰ ਕ੍ਰਿਟੀਸਾਈਜ਼ ਕਰਦੇ ਨੇ, ਤੁਹਾਡੀ ਇੰਟੈਂਸ਼ਨ, ਤੁਹਾਡੇ ਮੋਟਿਵਸ ਨੂੰ ਡਾਊਟ ਕਰਦੇ ਨੇ, ਜੋ ਕਿ ਸ਼ਾਇਦ ਤੁਹਾਡੇ ਹਿਸਾਬ ਨਾਲ ਇਨ ਦਾ ਬੈਸਟ ਇੰਟਰਸਟ ਆਫ ਦਾ ਸਿੱਖ ਰਿਲੀਜਨ ਹੈਗੇ ਨੇ? ਦੇਖੋ, ਮੈਂ ਹਰ ਇਨਸਾਨ ਨੇ ਆਪਣੀ ਸੋਚ, ਆਪਣਾ ਰਸਤਾ, ਆਪਣੀ ਮੰਜ਼ਿਲ ਤੈਅ ਕਰਦਾ, ਔਰ ਮੈਂ ਤੇ ਤੁਹਾਨੂੰ ਦੱਸ ਦਿੱਤਾ ਕਿ ਜਿਹੜੀ ਮੈਂ ਇੱਕ ਚੀਜ਼ ਤੋਂ ਬਹੁਤ ਮੁਤਾਸਰ ਹਾਂ ਸ਼ੇਖ ਸਾਧੀ ਦੀ ਗੱਲ ਤੋਂ। ਸਾਧੀ ਕਹਿੰਦਾ, ਸਾਧੀ ਤੇਰੇ ਕੋਲ ਸਮਾਂ ਬਹੁਤ ਘੱਟ ਹੈ, ਜੋ ਤੂੰ ਕਹਿਣਾ ਚਾਹੁੰਦਾ ਕਹਿ ਲੈ ਬਿਫੋਰ ਹੀ ਸੇਜ਼ ਸ਼ਟ ਅਪ, ਸਮਾਂ ਤੇਰੇ ਕੋਲ ਬਹੁਤ ਥੋੜਾ, ਤੇ ਜਿਹੜੀ ਗੱਲ ਹੈ, ਹਾਂ ਮੈਂ ਜੋ ਕਹਿ ਰਿਹਾ ਉਹ ਮੈਂ ਸਹੀ ਕਵਾਂ, ਇਹ ਮੇਰੀ ਹੈ, ਕਿਉਂਕਿ ਮੈਂ ਦੇਣਦਾਰ ਹਾਂ, ਮੈਂ ਗੁਰੂ ਦਾ ਦੇਣਦਾਰ ਹਾਂ। ਰਹਿ ਗਈ ਗੱਲ ਲੋਕ ਮੇਰੇ ਬਾਰੇ ਕੀ ਸੋਚਣ ਜਾਂ ਨਾ ਸੋਚਣ, ਉਹ ਉਤਨਾ ਮੈਨੇ ਨਹੀਂ ਰੱਖਦਾ ਹੈਗਾ, ਕਿਉਂਕਿ ਮੇਰਾ ਮਨਮਾਨੇ ਲੋਕ ਨਾ ਭਤੀਜੇ ਨਾ ਭਤੀਜੇ ਤਾਂ ਕਿਆ ਕੀਜੇ।
ਮਰੀ ਹੋਈ ਮੱਛੀ ਹਮੇਸ਼ਾ ਪਾਣੀ ਦੇ ਵਹਿਣ ਚ ਤੁਰਦੀ ਹੈ, ਜਿੰਦੀ ਮੱਛੀ ਹਮੇਸ਼ਾ ਪੁੱਠੀ ਤੁਰਦੀ ਹੈ। ਤਾਂ ਕਰਕੇ ਮੀਨ ਕੀ ਚਪਲ ਸਿਉ ਜੁਗਤ ਮਨ ਰਾਖੀ, ਮੱਛੀ ਦੀ ਤਾਰੀ ਦੀ ਤਰ੍ਹਾਂ ਆਪਣੇ ਰਾਹ ਬਣਾ, ਇਹ ਗੁਰਬਾਣੀ ਨੇ ਉਪਦੇਸ਼ ਦਿੱਤਾ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ ਇਹ ਔਖਾ ਮਾਰਗ ਹੈ। ਗੰਗ ਜਮਨ ਜੋ ਉਲਟੀ ਬਹੇ ਤੋ ਨਾਮਾ ਹਰ ਕਹਿ ਤਰ, ਗੁਰਬਾਣੀ ਉਪਦੇਸ਼ ਦੇ ਰਹੀ ਹੈ। ਸੋ ਅਸੀਂ ਮਰੀ ਹੋਈ ਮੱਛੀ ਦੀ ਤਰ੍ਹਾਂ ਇਸ ਸੰਸਾਰ ਚ ਜੀਣਾ ਕਿ ਜਿੰਦੀ ਮੱਛੀ ਦੀ ਤਰ੍ਹਾਂ ਪੁੱਠੇ ਪਾਸੇ ਤੁਰਨਾ। ਇੱਥੋਂ ਸਤਲੁਜ ਦੇ ਵਿਚ ਵੀ ਮੱਛੀਆਂ ਆਉਂਦੀਆਂ, ਪਰ ਉਹ ਪੌੜੀ ਚੜ ਕੇ ਵਾਪਸ ਉਸ ਸੋਰਸ ਵੱਲ ਜਾਣਾ ਚਾਹੁੰਦੀਆਂ ਹੈਗੀਆਂ, ਉਹ ਆਪਣੇ ਸੋਮੇ ਵੱਲ ਜਾਣਾ ਚਾਹੁੰਦੀਆਂ। ਸੋ ਆਪਣਾ ਮਨ ਮੇਰਾ ਮੰਨ ਗਿਆ, ਨਾ ਭਤੀਜੇ ਤੋਂ ਕਿਆ ਕੀਜੇ, ਲੋਕਾਂ ਦਾ ਨਹੀਂ ਮੰਨਦਾ, ਤੇ ਇਕ ਪੰਜਾਬੀ ਚ ਲਫ਼ਜ਼ ਹੈ ਖਾਣ ਖਸਮਾਂ ਨੂੰ। ਤੁਸੀਂ ਬਹੁਤ ਐਸੇ ਇਸ਼ੂਜ਼ ਵੀ ਟੇਕ ਅਪ ਕੀਤੇ ਜੋ ਕਿ ਬਹੁਤ ਪੋਜ਼ਿਟਿਵਲੀ ਵੀ ਉਨ੍ਹਾਂ ਦੇ ਫਾਲੋਆਊਟਸ ਹੋਏ ਨੇ, ਚਾਹੇ ਉਹ SGPC ਵੱਲੋਂ ਇੱਕ ਰੈਜ਼ੋਲੂਸ਼ਨ ਵਾਪਸ ਲੈਣ ਦੇ ਜਾਣ ਦੀ ਗੱਲ ਹੋਵੇ, ਹਿਸਟਰੀ ਹਿਸਟੋਰੀਕਲ ਕਰੈਕਸ਼ਨਸ ਵੀ ਕਈ ਵਾਰ ਇੰਟਲੈਕਚੁਅਲਸ ਤੇ ਜਿਹੜੇ ਬੁੱਧੀਜੀਵੀ ਨੂੰ ਇੰਟਰਵੀਨ ਕਰਨਾ ਪੈਂਦਾ ਇੰਟਰਫੇਅਰ ਕਰਨਾ ਪੈਂਦਾ, ਕਿਉਂਕਿ ਸਮਟਾਈਮਸ ਇੰਟਰਪਸ਼ਨਸ ਆਰ ਰਿਕੁਆਇਰਡ। ਅੱਜ ਤੁਸੀਂ ਇਸ ਪੂਰੀ ਸਥਿਤੀ ਨੂੰ ਦੇਖਦੇ ਹੋ, ਅੱਜ ਐਸੇ ਬਹੁਤ ਸੇ ਹੁਕਮਨਾਮੇ ਹੈਗੇ ਨੇ ਜੋ ਕਿ ਅਕਾਲ ਤਖ਼ਤ ਵੱਲੋਂ ਜਾਰੀ ਹੋਏ ਨੇ, ਬਹੁਤ ਸੇ ਲੋਕਾਂ ਨੂੰ 5-6 ਕਿਹਾ ਗਿਆ, ਅੱਜ ਉਨ੍ਹਾਂ ਦੇ ਰਿਵਿਊ ਦੀ ਗੱਲ ਹੋਈ ਹੈ, ਅਕਾਲ ਤਖ਼ਤ ਸਾਹਿਬ ਵੱਲੋਂ ਇੱਕ ਆਪਣੀ ਪਹਿਲ ਹੋਈ ਹੈ। ਇਹ ਐਸੀ ਮੂਵ ਹੈਗੀ ਹੈ ਜੋ ਕਿ ਬਹੁਤ ਸੇ ਐਸੇ ਲੋਕਾਂ ਦੇ ਖਿਲਾਫ਼ ਹੈ ਜੋ ਕਿ ਭੁਗਤ ਭੋਗੀ ਤੁਹਾਡੇ ਵੀ ਰਹੇ ਹੈਗੇ ਨੇ, ਠੀਕ ਹੈ। ਸੋ ਹਾਊ ਡੂ ਯੂ ਟੇਕ ਦਿਸ ਮੂਵ? ਦੇਖੋ, ਇਹਦੇ ਚ ਜਿਹੜਾ ਸਿੱਖ ਰਹਿਤ ਮਰਿਆਦਾ ਸਾਡੇ ਕੋਲ ਹੈ ਔਰ ਬਹੁਤ ਸਪਸ਼ਟ ਹੈ, ਗੁਰਦੋਖੀ, ਗੁਰਨਿੰਦਕ, ਪੰਥ ਦੇ ਘਾਤਕ, ਇਹ ਗੁਰੂ ਸਾਹਿਬ ਦੇ ਨਾਲ ਨਾਲ ਤੁਰ ਗਏ। ਕੇਲੇ ਬੁੱਢ ਕਰੀਰ, ਕੇਲੇ ਦੇ ਨਾਲ ਨਾਲ ਹੀ ਕਰੀਰ ਜਿਹੜੇ ਬੂਟੇ ਇਹ ਸ਼ੁਰੂ ਤੋਂ ਰਹੇ ਹੈਗੇ ਆ। ਗੁਰੂ ਸਾਹਿਬ ਦੇ ਵੇਲੇ ਤੋਂ ਹੀ ਇਹ ਜਿਵੇਂ ਦੱਸਿਆ ਗਿਆ ਕਿ ਤੀਰ ਮਲੀਏ, ਰਾਮ ਰਾਈਏ, ਮੀਣੇ, ਮਸੰਦ, ਇਹ ਸਾਰੇ ਗੁਰੂ ਸਾਹਿਬ ਦੇ ਸੀ। ਇਹਦੇ ਬਾਰੇ ਇੱਕ ਲਫ਼ਜ਼ ਬੜਾ ਇੰਟਰਸਟਿੰਗ ਮੈਂ ਵਰਤਣਾ ਚਾਹਾਂਗਾ, ਕਾਫੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਲਿਖਿਆ ਕਿ ਜਬ ਪਹਿਲੇ ਹਮ ਸ੍ਰਿਸ਼ਟ ਬਣਾਈ, ਦੈਂਤ ਰਚੇ, ਦੁਸ਼ਟ ਦੁਖਦਾਈ, ਤੇ ਭਜ ਬਲਵਰੇ ਹੋਏ ਗਏ, ਪੂਜਿਤ ਪਰਮ ਪੁਰਖ ਰਹਿ ਗਏ। ਪਰਮਾਤਮਾ ਨੇ ਕਿਹਾ ਕਿ ਜਦੋਂ ਮੈਂ ਰਾਕਸ਼ਸ ਬਣਾਏ ਉਹ ਮਾੜੇ ਹੋ ਗਏ, ਫਿਰ ਦੇਵਤੇ ਬਣਾਏ ਉਹ ਆਪਣੀ ਪੂਜਾ ਚ ਲੱਗ ਗਏ। ਸੋ ਗਿਆਨੀ ਮਾਨ ਸਿੰਘ ਝੋਰ ਕਹਿੰਦੇ ਸੀ ਜੇ ਰੱਬ ਦੀ ਚੋਣ ਗਲਤ ਹੋ ਸਕਦੀ ਅਸੀਂ ਤੁਸੀਂ ਕੀ ਆ। ਇਹ ਨਾਲ ਨਾਲ ਤੁਰਦੇ ਆਣਗੇ, ਇਹਦੇ ਚ ਕੋਈ ਦਿੱਕਤ ਨਹੀਂ ਹੈ, ਪਰ ਇਹਦੇ ਨਾਲ ਇੱਕ ਸਿਸਟਮ ਨੇ ਇਹ ਕਰੈਕਸ਼ਨ ਵੀ ਰੱਖੀ ਹੈ ਕਿ ਇਹਨਾਂ ਵਿਚੋਂ ਸਿੱਖ ਰਹਿਤ ਮਰਿਆਦਾ ਮੇਰੇ ਕੋਲ ਹੈ, ਇਹਦੇ ਵਿਚ ਲਿਖਿਆ ਮੀਣੇ, ਮਸੰਦ, ਤੀਰ ਮਲੀਏ, ਰਾਮ ਰਾਈਏ, ਇਨ੍ਹਾਂ ਦੀ ਸੰਗਤ ਚ ਨਾ ਬੈਠੋ, ਇਨ੍ਹਾਂ ਦੇ ਨਾਲ ਰਿਸ਼ਤੇ ਨਾਤੇ ਨਾ ਕਰੋ, ਰੋਟੀ ਬੇਟੀ ਦੀ ਸਾਂਝ ਨਾ ਕਰੋ। ਪਰ ਨਾਲ ਹੀ ਇਹ ਵੀ ਕਹਿ ਦਿੱਤਾ ਇਨ੍ਹਾਂ ਵਿਚੋਂ ਜਿਹੜੇ ਵਾਪਸ ਪੰਥ ਵਿਚ ਆਉਣਾ ਚਾਹਣ ਉਹ ਅੰਮ੍ਰਿਤ ਛੱਕ ਕੇ ਮੁੜ ਵਾਪਸ ਆ ਜਾਣ, ਔਰ ਉਨ੍ਹਾਂ ਨੂੰ ਮੇਲਣ ਲੱਗਿਆਂ ਅੜੀ ਨਹੀਂ ਕਰਨੀ, ਹੱਠ ਨਹੀਂ ਕਰਨਾ, ਜ਼ਿੱਦ ਨਹੀਂ ਕਰਨਾ, ਕੋਈ ਪ੍ਰੋਵੋਕੇਟਿਵ ਜਾਂ ਕੋਈ ਵਿੰਡਿਕਟਿਵਨੈਸ ਨਹੀਂ ਹੋਣੀ ਚਾਹੀਦੀ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਪਣੇ ਹੁਕਮਨਾਮੇ ਦਸਖਤਾਂ ਥੱਲੇ ਹੈ ਕਿ ਉਹ ਜਿਹੜੇ ਮਿਲਣਾ ਚਾਹਣ ਉਨ੍ਹਾਂ ਨੂੰ ਦਿੱਕਤ ਨਹੀਂ ਕਰਨੀ। ਰਹਿ ਗਈ ਗੱਲ ਜੋ ਕਿ ਹੁਣ ਇਨ੍ਹਾਂ ਨੇ ਇਹ ਦਿੱਤਾ, ਇਹ ਇੱਕ ਕਿਸਮ ਦੀ ਉਹ ਗੱਲ ਨੂੰ ਦੁਬਾਰਾ ਰਿਪੀਟ ਕਰ ਰਹੇ ਹੈ ਜਿਹੜੀ ਸਿੱਖ ਰਹਿਤ ਮਰਿਆਦਾ ਦੇ ਵਿਚ ਹੈ। ਇਹਨੂੰ ਉਸ ਢੰਗ ਨਾਲ ਲੈ ਲੈਣਾ ਕਿ ਅਗਲੇ ਨੇ ਰਿਜੈਕਟ ਕਰ ਦਿੱਤੀ, ਜਿਹੜਾ ਖੁਦ ਰਿਜੈਕਟਡ ਆ ਉਹਨੂੰ ਰਿਜੈਕਟ ਕਰੀ ਜਾਏ, ਕਰ ਲਵੇ, ਉਹਨੂੰ ਕੀ ਫਰਕ ਪੈਂਦਾ ਹੈਗਾ, ਉਹਨੂੰ ਕੋਈ ਇਨਵੀਟੇਸ਼ਨ ਕਿਸੇ ਨੂੰ ਪਰਸਨਲ ਨਹੀਂ ਹੈ। ਇਟਸ ਅ ਪੋਜ਼ਿਟਿਵ ਮੂਵ ਜੋ ਕਿ ਤੁਸੀਂ ਐਪਰੀਸ਼ੀਏਟ ਕਰਦੇ ਹੋ। ਇਹਦੇ ਵਿੱਚ ਕੋਈ ਨੈਗੇਟਿਵ ਗੱਲ ਨਹੀਂ ਹੈਗੀ, ਪੋਜ਼ਿਟਿਵ ਮੈਂ ਨਹੀਂ ਵਰਤਣੇ ਚਾਹਾਂਗਾ। ਸਿੱਖ ਮਰਿਆਦਾ ਦੀ ਦੇ ਨਾਲ ਬਿਲਕੁਲ ਮੈਂ ਇਹਦੇ ਵਿੱਚੋਂ ਇਹਦੇ ਵਿੱਚ ਅਗਰ ਕੋਈ ਆਉਂਦੇ ਹੈ, 300 ਸਾਲਾਂ ਵੇਲੇ ਵੀ ਜਿਸ ਵੇਲੇ ਖਾਲਸੇ ਦੀ ਸਿਰਜਣਾ ਸੀ ਉਸ ਵੇਲੇ ਵੀ ਹੋਇਆ ਕਿ ਸਾਰੇ ਅੰਮ੍ਰਿਤ ਛਕੋ, ਇਹ ਤਾਂ ਬਾਰ ਬਾਰ ਰਿਪੀਟ ਕੀਤਾ ਜਾਂਦਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਇਹ ਤੇ ਓਪਨ ਆਵਾਜ਼ ਹੈ ਕਿ ਗੁਰੂ ਵੱਲੋਂ ਆਵਾਜ਼ ਹੈ ਕਿ ਜਿਸ ਵੇਲੇ ਮਰਜ਼ੀ ਦਿੱਤੀ ਜਾਏ। ਲਾਂਬਾ ਸਾਹਿਬ ਨਾਲ ਸਾਡੀ ਗੱਲਬਾਤ ਜਾਰੀ ਰਹੇਗੀ। ਲਾਂਬਾ ਸਾਹਿਬ ਅੱਜ ਕੱਲ੍ਹ ਆਪਣੇ ਜਿਹੜਾ ਲੇਟੈਸਟ ਇਹਨਾਂ ਦਾ ਇੱਕ ਪ੍ਰੋਜੈਕਟ ਹੈਗਾ ਜਿਸ ਦੇ ਤਹਿਤ ਕਿ ਸਿੱਖ ਰਹਿਤ ਮਰਿਆਦਾ ਦੀ ਇੱਕ ਕਮੈਂਟਰੀ ਤਿਆਰ ਕਰ ਰਹੇ ਹੈਗੇ ਨੇ, ਕਾਫੀ ਇੰਪੋਰਟੈਂਟ ਹੈ ਤੇ ਇੰਟਰਸਟਿੰਗ ਵੀ ਹੈਗਾ ਕਿਉਂਕਿ ਸਿੱਖ ਰਹਿਤ ਮਰਿਆਦਾ ਨਾਲ ਹੀ ਜੁੜਦਾ ਹੈਗਾ ਪੂਰਾ ਪੇਸ, ਜਿਹੜਾ ਵਿਵਹਾਰਿਕ ਪੱਧਰ ਤੇ ਵਿਚਰਨ ਦੇ ਪੱਧਰ ਤੇ ਸਿੱਖਿਜ਼ਮ ਦੇ ਨਾਲ ਰਿਲੇਟ ਕੀਤਾ ਜਾ ਸਕਦਾ। ਇੱਕ ਛੋਟਾ ਜਿਹਾ ਬ੍ਰੇਕ, ਬ੍ਰੇਕ ਤੋਂ ਬਾਅਦ ਕੀ ਹੋਰ ਏਜੰਡਾ ਹੈਗਾ ਲਾਂਬਾ ਸਾਹਿਬ ਦਾ, ਉਸ ਉੱਤੇ ਗੱਲਬਾਤ ਲੈ ਕੇ ਫਿਰ ਹਾਜ਼ਰ ਹੋਵਾਂਗੇ। ਬ੍ਰੇਕ ਤੋਂ ਬਾਅਦ ਸਵਾਗਤ ਹੈ ਪ੍ਰੋਗਰਾਮ ਸਟੇਟ ਟਾਕ ਵਿਚ। ਸਾਡੇ ਨਾਲ ਗੁਰਚਰਨਜੀਤ ਸਿੰਘ ਲਾਂਬਾ ਸਾਹਿਬ, ਐਡੀਟਰ ਸੰਸਿਪਾਹੀ ਅਤੇ SGPC ਦੇ ਵਿਸ਼ੇਸ਼ ਡੈਜ਼ੀਗਨੇਟਿਡ ਐਨਵੋਏ, ਵਿਦੇਸ਼ਾਂ ਵਿਚ ਧਰਮ ਪ੍ਰਚਾਰ ਲਈ ਨਿਯੁਕਤ ਕੀਤੇ ਗਏ ਐਨਵੋਏ ਮੌਜੂਦ ਹੈਗੇ ਨੇ ਲਾਂਬਾ ਸਾਹਿਬ। ਲਾਂਬਾ ਸਾਹਿਬ, ਨੈਕਸਟ ਕੁਐਸਚਨ ਜਿਹੜਾ ਮੇਰਾ ਹੈਗਾ ਰਿਲੇਟਸ ਟੂ ਯੂਅਰ ਜਿਹੜੀ ਕਮੈਂਟਰੀ ਤੁਸੀਂ ਟ੍ਰਾਂਸਲੇਸ਼ਨ ਕਰ ਰਹੇ ਹੋ, ਇਟ ਇਜ਼ ਬੇਸਿਕਲੀ ਕੀ ਕਰ ਰਹੇ? ਸਿੱਖ ਰਹਿਤ ਮਰਿਆਦਾ ਨੂੰ ਤੁਸੀਂ ਸਿੰਪਲੀਫਾਈ ਕਰਕੇ ਉਸਦੀ ਇੰਟਰਪ੍ਰੀਟੇਸ਼ਨ ਦੇ ਰਹੇ ਹੋ, ਕੀ ਕਰ? ਸਿੱਖ ਰਹਿਤ ਮਰਿਆਦਾ ਸਾਡਾ ਇੱਕ ਕਾਨੂੰਨ ਹੈ, ਸਾਡਾ ਇੱਕ ਆਇਨ ਹੈ, ਸੰਵਿਧਾਨ ਹੈ, ਪ੍ਰੈਕਟੀਕਲ ਕੋਡ ਜਿਸਨੂੰ ਕਹਿ ਸਕਦੇ, ਪ੍ਰੈਕਟੀਕਲ ਕੋਡ ਆਫ ਕੰਡਕਟ ਹੈ। ਸਿੱਖ ਰਹਿਤ ਮਰਿਆਦਾ ਦੇ ਬਾਬਤ ਤੁਸੀਂ ਕੀ ਉਹਦੇ ਚ ਇਹ ਕਰ ਰਹੇ ਹੋ? ਲੋੜ ਕੀ ਹੈ? ਵੱਡਾ ਸਵਾਲ ਇਹ ਸਿੱਖ ਰਹਿਤ ਮਰਿਆਦਾ ਕੋਡ ਇਜ਼ ਦੇਅਰ, ਤੇ ਕੱਲ ਨੂੰ ਜਿਹਦੀ ਇੰਟਰਪ੍ਰੀਟੇਸ਼ਨ ਕੋਈ ਵੀ ਆਦਮੀ ਕਰਦਾ ਹੈਗਾ ਤਾਂ ਉਹਦੇ ਵਿੱਚ ਇੱਕ ਗੁੰਜਾਇਸ਼ ਰਹਿੰਦੀ ਹੈ ਵੀ ਤੁਸੀਂ ਉਸ ਨੂੰ ਕਿਸ ਤਰੀਕੇ ਨਾਲ, ਬਿਲਕੁਲ ਕਿੰਨਾ ਸਬਜੈਕਟਿਵ ਹੈ ਉਸਦੀ ਇੰਟਰਪ੍ਰੀਟੇਸ਼ਨ। ਇਹਦੇ ਚ ਇਹ ਹੈਗਾ ਕਿ ਇਹਦੇ ਵਿੱਚ ਛੋਟੇ ਛੋਟੇ ਲਫ਼ਜ਼ ਹੈਗੇ ਆ, ਉਹਨਾਂ ਲਫ਼ਜ਼ਾਂ ਦੀ ਇੰਟਰਪ੍ਰੀਟੇਸ਼ਨ ਜਿਵੇਂ ਕਮੈਂਟਰੀ ਲਾਅ ਦੀ ਹੁੰਦੀ ਹੈ ਕਿ ਉਹਦੀ ਬੁਨਿਆਦ
ਕੀ ਹੈ, ਉਹਦੀ ਬੈਕਗ੍ਰਾਉਂਡ ਕੀ ਹੈ, ਉਸ ਲਫ਼ਜ਼ ਦਾ ਅਰਥ ਕੀ ਹੈ, ਔਰ ਇੱਕ ਲਫ਼ਜ਼ ਜਿਹੜਾ ਵੀ ਅਸੀਂ ਲਵਾਂਗੇ ਉਹਦੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੀ ਕਹਿੰਦੀ ਹੈ, ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਕੀ ਕਹਿੰਦੀ ਹੈ, ਭਾਈ ਗੁਰਦਾਸ ਦੀਆਂ ਵਾਰਾਂ ਕੀ ਕਹਿੰਦੀਆਂ, ਹੁਕਮਨਾਮੇ ਕੀ ਕਹਿੰਦੇ, ਰਹਿਤਨਾਮੇ, ਤੂੰ ਸਪੋਰਟ ਇਟ, ਉਹਨੂੰ ਸਪੋਰਟ ਕਰਦਿਆਂ ਹੋਇਆਂ ਪੁਰਾਣੇ ਸਿੱਖ ਸਾਹਿਤ ਤੋਂ ਤਾਂ ਕਿ ਕੋਈ ਭੁਲੇਖਾ ਨਾ ਰਹੇ। ਇਸ ਦਾ ਮਕਸਦ ਸਾਰੇ ਭੁਲੇਖੇ ਦੂਰ ਕਰਨਾ, ਜਿਹਨੇ ਕਿ ਫੈਲਾਣ ਵਾਲਿਆਂ ਤੋਂ ਬਚਣ ਦੀ ਵੀ ਇੱਕ ਕਾਇਦ ਹੈਗੀ ਹੈ। ਜੀ ਹਾਂ ਜੀ ਹਾਂ, ਤਾਂ ਕਿ ਉਹ ਜਿਹੜੇ ਬਹੁਤ ਜ਼ਿਆਦਾ ਭੁਲੇਖੇ ਬਹੁਤ ਜ਼ਿਆਦਾ ਪਾਏ ਜਾ ਰਹੇ ਨੇ, ਕਾਫੀ ਪੈ ਜਾਂਦੇ ਆ, ਜਿਸ ਤਰ੍ਹਾਂ ਬਹੁਤ ਜ਼ਿਆਦਾ ਕਈ ਜਗ੍ਹਾ ਪੈ ਜਾਂਦੇ ਆ, ਕਿਉਂਕਿ ਇੱਕ ਚੀਜ਼ ਮੈਂ ਕਹਿ ਲਵਾਂ, ਪੁਰਾਣੇ ਜਿਹੜੇ ਸਿੱਖ ਸੀ ਉਹ ਬੁੱਧੀਮਾਨ ਸਨ, ਬੁੱਧੀਜੀਵੀ ਨਹੀਂ ਸਨ। ਹੁਣ ਦੀ ਮਜਬੂਰੀ ਇਹ ਹੈ, ਹੁਣ ਬੁੱਧੀਜੀਵੀ ਜ਼ਿਆਦਾ, ਬੁੱਧੀਮਾਨ ਘੱਟ ਹੈ। ਔਰ ਇੱਕ ਗੱਲ ਹੋਰ ਮੈਨੂੰ ਕਹਿ ਲੈਣ ਦਿਓ, ਬੁੱਧੀਜੀਵੀ ਦੇ, ਕਿਉਂਕਿ ਮੈਂ ਤੁਹਾਨੂੰ ਮੈਂ ਦੱਸ ਰਿਹਾ, ਤੁਸੀਂ ਬੁੱਧੀਮਾਨਾਂ ਚਾਹੁੰਦੇ ਬੁੱਧੀਜੀਵੀਆਂ ਚਾਹੁੰਦੇ, ਮੈਨੂੰ ਬੁੱਧੀਮਾਨ ਬੁੱਧੀਜੀਵੀ ਅਖਵਾਣ ਚ ਬੜਾ ਡਰ ਲੱਗਦਾ, ਕਿਉਂਕਿ ਪੌਰ ਸਾਹਿਬ ਬੜਾ ਸੋਹਣਾ ਕਹਿੰਦੇ ਆ, ਕਹਿੰਦੇ ਜਿਹੜਾ ਬੁੱਧੀਜੀਵੀ ਹੁੰਦਾ ਜਿਹਦੀ ਬੁੱਧੀ ਜੀ ਪੈ ਜਾਣ ਉਹਨੂੰ ਬੁੱਧੀਜੀਵੀ ਕਹਿੰਦੇ ਆ। ਕਿ ਲੈਂਥ ਕਿੰਨੀ ਹੈ ਸਿੱਖ ਮਰਿਆਦਾ? ਸਿੱਖ ਮਰਿਆਦਾ ਇਹ ਜਿਹੜੀ ਕਮੈਂਟਰੀ ਕਿੰਨੇ ਪੇਜਸ ਦੀ ਹੈਗੀ? ਇਹ 10 ਕੁ ਪੇਜ ਦੀ ਹੈਗੀ ਹੈ, ਤਕਰੀਬਨ 10-12 ਪੇਜ ਦੀ ਹੈ, ਤੇ ਕਮੈਂਟਰੀ 400 ਪੇਜ ਤੋਂ ਉੱਤੇ ਜਾਏਗੀ। ਹਾਂਜੀ, ਕਾਫੀ ਡਿਟੇਲਡ ਹੋਏਗਾ, ਕਾਫੀ ਡਿਟੇਲ ਹੈ, ਪਰ ਉਹ ਹਰ ਲਫ਼ਜ਼ ਜਿਹੜਾ ਹੈ ਉਹ ਸਪੋਰਟਡ ਹੈ, ਉਸ ਨੂੰ ਸਪੋਰਟ ਕਰਕੇ, ਜਿਵੇਂ ਮੈਂ ਆਪ ਜੀ ਨੂੰ ਦੱਸਿਆ, ਪੁਰਾਣੇ ਸਾਰੇ ਦੇ ਸਾਰੇ ਹੁਕਮਨਾਮਿਆਂ, ਰਹਿਤਨਾਮਿਆਂ ਔਰ ਉਹਦੇ ਨਾਲ ਹੈਗਾ। ਲਾਮਾ ਸਾਹਿਬ, ਜਾਂਦੇ ਜਾਂਦੇ ਤੁਸੀਂ ਐਸ ਜੀ ਬੀ ਸੀ ਦੇ ਡੈਜੀਗਨੇਟਡ ਐਨਵਾਏ ਹੋ ਧਰਮ ਪ੍ਰਚਾਰ ਲਈ, ਵਿਦੇਸ਼ਾਂ ਵਿਚ ਤੁਸੀਂ ਹਾਲ ਵਿਚ ਵੈਟੀਕਨ ਵੀ ਜਾ ਕੇ ਆਏ ਹੋ, ਉਥੇ ਵੀ ਤੁਹਾਡਾ ਯੋਗਦਾਨ ਰਿਹਾ। ਵੈਟੀਕਨ ਦੇ ਵਿਚ ਕੀ ਸੰਦਰਭ ਸੀਗਾ ਤੁਹਾਡਾ ਜਾਣ ਦਾ, ਤੇ ਉਸਦੇ ਨਾਲ ਹੀ ਥੋੜਾ ਜੁੜਦਾ ਸਵਾਲ ਹੈ, ਵਿਦੇਸ਼ਾਂ ਚ ਤਾਂ ਧਰਮ ਪ੍ਰਚਾਰ ਦੀ ਗੱਲ ਦੂਰ ਹੈਗੀ, ਤੇ ਸ਼ਾਇਦ ਵਿਦੇਸ਼ਾਂ ਵਿਚ ਵਸੇ ਸਿੱਖ ਧਰਮ ਦੇ ਜ਼ਿਆਦਾ ਨੇੜੇ ਹੈਗੇ ਨੇ, ਲੇਕਿਨ ਵੱਡਾ ਸਵਾਲ ਹੈ ਪੰਜਾਬ ਦੇ ਵਿਚ ਹੀ, ਆਪਾਂ ਹਿੰਦੁਸਤਾਨ ਦੀ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ, ਇੱਥੇ ਹੀ ਬਹੁਤ ਪਤਪੁਣਾ ਵੱਧ ਚੁੱਕਿਆ ਹੈਗਾ, ਐਂਡ ਐਟ ਦ ਸੇਮ ਪੁਆਇੰਟ ਇਨ ਟਾਈਮ ਡੇਰਾਵਾਦ ਬਹੁਤ ਜ਼ਿਆਦਾ ਵੱਡੀ ਸਮੱਸਿਆ ਦੇ ਰੂਪ ਵਿਚ, ਜੇ ਸਮੱਸਿਆ ਆਪਾਂ ਨੂੰ ਕਹਿਣਾ ਚਾਹੀਏ, ਉਭਰ ਰਿਹਾ ਹੈਗਾ। ਅਦਰਵਾਈਜ਼ ਜਿਹੜਾ ਕਲਟ ਸਿਸਟਮ ਹੈਗਾ ਉਹ ਓਵਰ ਪਾਵਰ ਕਰਦਾ ਜਾ ਰਿਹਾ, ਬਹੁਤ ਜ਼ਿਆਦਾ ਸਟਰੋਂਗ ਹੋ ਰਿਹਾ ਹੈਗਾ, ਬਹੁਤ ਵੱਡੀ ਫਾਲੋਇੰਗ, ਮੈਸਿਵ ਫਾਲੋਇੰਗ ਡੇਰਿਆਂ ਦੀ ਹੈਗੀ ਹੈ। ਐਸੀ ਤਰੀਕ ਵਿਚ ਐਸ ਜੀ ਪੀ ਸੀ ਇੰਨੇ ਯਤਨ ਕਰਦੀ ਹੈ ਧਰਮ ਪ੍ਰਚਾਰ ਦਾ, ਇੱਕ ਬਹੁਤ ਵੱਡਾ ਲੰਬਾ ਚੌੜਾ ਸਿਸਟਮ ਹੈਗਾ, ਅਮਲਾ ਜਮਲਾ ਹੈਗਾ, ਲੇਕਿਨ ਹਾਊ ਇਫੈਕਟਿਵ, ਕਿੰਨਾ ਕੁ ਇਫੈਕਟਿਵ ਹੈ, ਕਿੰਨਾ ਲੋਕਾਂ ਨੂੰ ਤੁਸੀਂ ਮੇਨ ਸਟ੍ਰੀਮ ਦੇ ਵਿਚ ਲਿਆ ਪਾ ਰਹੇ ਹੋ? ਨਹੀਂ ਹੈਗਾ, ਨਹੀਂ ਹੈਗਾ, ਇਫੈਕਟਿਵ ਨਹੀਂ ਹੈਗਾ, ਇਹ ਕਹਿ ਲੈਣ ਦਿਓ, ਕਿਉਂਕਿ ਡੇਰਾਵਾਦ ਕੀ ਹੈ? ਗੱਲ ਲਫ਼ਜ਼ ਦੀ ਨਾ ਲਈਏ, ਅਸੀਂ ਗੱਲ ਕਿਸੇ ਚੀਜ਼ ਦੀ ਨਾ ਲਈਏ, ਡੇਰਾ ਲਫ਼ਜ਼ ਬੜਾ ਪਵਿੱਤਰ ਹੈ, ਡੇਰਾ ਬਾਬਾ ਨਾਨਕ ਹੈ, ਡੇਰਾ ਸਾਹਿਬ ਲਾਹੌਰ ਦੇ ਵਿਚ ਹੈ, ਜਾਂ ਹੋਰ ਵੀ ਲਫ਼ਜ਼ ਜਿੰਨੇ ਪੁਰਾਣੇ ਲਫ਼ਜ਼ ਸੀ, ਬੜੇ ਸਤਿਕਾਰਯੋਗ ਲਫ਼ਜ਼ ਸੀ, ਪਰ ਜਿਉਂ ਜਿਉਂ ਗਲਤ ਵਰਤੋਂ ਗਲਤ ਬੰਦਿਆਂ ਦੇ ਹੱਥ ਆਉਂਦੇ ਗਏ, ਉਹ ਬਦਨਾਮ ਹੁੰਦੇ ਗਏ। ਸੰਤ ਲਫ਼ਜ਼ ਦਾ ਜਿਸ ਤਰੀਕੇ ਨਾਲ ਦੁਰ ਹਸ਼ਰ ਹੋਇਆ, ਜਿਸ ਤਰ੍ਹਾਂ ਮਿਸ਼ਨਰੀ ਲਫ਼ਜ਼ ਦਾ ਬਦ ਉਹਦੇ ਕਰਕੇ ਬੁਰਾ ਹਾਲ ਹੋਇਆ, ਇਸੇ ਤਰੀਕੇ ਨਾਲ ਡੇਰੇ ਲਫ਼ਜ਼ ਨੂੰ ਜਾਂ ਉਹਨਾਂ ਲਫ਼ਜ਼ਾਂ ਦੀ ਮਿਸ ਯੂਜ਼ ਕਰਕੇ ਉਹ ਸਾਰਿਆਂ ਦਾ ਜਿਹੜਾ ਹੋਇਆ, ਕਿਉਂਕਿ ਰਾਜਨੀਤਿਕ ਬੰਦਿਆਂ ਦੀ ਉਹਨਾਂ ਨੂੰ ਸ਼ਹਿ, ਕਿਉਂਕਿ ਵੋਟਾਂ ਦੇ ਸੈਂਟਰ ਹੈ, ਵੋਟਾਂ ਦੇ ਗੜ੍ਹ ਹੈ। ਜੇ ਅਗਰ ਕੋਈ ਗੈਰ ਸਿੱਖ ਦੇ ਰੂਪ ਵਿਚ, ਇਤਰਾਜ਼ ਇਹ ਨਹੀਂ ਕਿ ਕੋਈ ਕਿਸੇ ਨੇ ਡੇਰਾ ਖੋਲਿਆ, ਇਤਰਾਜ਼ ਇਹ ਵੀ ਨਹੀਂ ਕਿ ਉਹ ਆਪਣੇ ਆਪ ਨੂੰ ਕੀ ਲਫ਼ਜ਼ ਵਰਤ ਰਿਹਾ, ਕਿਉਂਕਿ ਬੋਲਣ ਦੀ ਆਜ਼ਾਦੀ ਹੈ, ਪਰ ਨਾਲ ਇੱਕ ਚੀਜ਼ ਹੈ, ਮੈਂ ਜਿਸ ਤਰ੍ਹਾਂ ਇੱਕ ਬੜਾ ਛੋਟਾ ਜਿਹਾ ਇੱਕ ਪੁਆਇੰਟ ਲੈ ਲਵਾਂ, ਜਿਹੜੀ ਸ਼ਬਦਾਵਲੀ ਹਰ ਪ੍ਰੋਫੈਸ਼ਨ ਦੀ ਆਪਣੀ ਸ਼ਬਦਾਵਲੀ ਹੈ, ਅੱਜ ਮੈਂ ਆਪਣੇ ਬਾਹਰ ਡੀਸੀ ਨਹੀਂ ਲਿਖ ਸਕਦਾ, ਮੈਂ ਆਪਣੀ ਕੋਠੀ ਦੇ ਬਾਹਰ ਚੀਫ ਜਸਟਿਸ ਨਹੀਂ ਲਿਖ ਸਕਦਾ, ਮੈਂ ਆਪਣੀ ਕਾਰ ਦੇ ਉੱਤੇ ਆਰਮੀ ਚੀਫ ਦੀ ਝੰਡੀ ਨਹੀਂ ਲਗਾ ਸਕਦਾ। ਸਿਮੀਲਰਲੀ ਕੁਝ ਸ਼ਬਦਾਵਲੀ ਸਿੱਖਿਜ਼ਮ ਦੀ ਉਹ ਰਿਜ਼ਰਵਡ ਹੈ, ਡੇਰਾ, ਸਤਿਗੁਰੂ, ਸੱਚਾ ਪਾਤਸ਼ਾਹ, ਅੰਮ੍ਰਿਤ, ਇਹ ਸ਼ਬਦਾਵਲੀ ਸਿੱਖਿਜ਼ਮ ਦੀ ਬਹੁਤ ਸਪਸ਼ਟ ਹੈ। ਇਸੇ ਤਰੀਕੇ ਨਾਲ ਇਸਲਾਮ ਦੇ ਵਿਚ ਪੈਗੰਬਰ ਕਹਿ ਦੇਣਾ, ਉਨ੍ਹਾਂ ਦੇ ਵਿਚ ਤਾਂ ਇੱਕ ਬੜੀ ਸਪਸ਼ਟ ਚੀਜ਼ ਹੋ ਗਈ ਕਿ ਬਾਸ਼ੋਬਾ ਮੁਹੰਮਦ ਹੋਸ਼ਿਆਰ, ਤੁਸੀਂ ਰੱਬ ਦੇ ਬਾਰੇ ਕੋਈ ਗੱਲ ਕਰਨੀ ਹੈ, ਮਜ਼ਾਕ ਉਡਾਣਾ, ਉਡਾ ਲਓ, ਤੁਸੀਂ ਕਹਿ ਲਓ ਕਿ ਇੱਕ ਹੀ ਬੋਤਲ ਹੈ, ਮੈਂ ਮਸਜਿਦ ਮੇ ਬੈਠ ਕੇ ਨਹੀਂ ਪੀਊਂਗਾ, ਇੱਕ ਹੀ ਤਾਂ ਬੋਤਲ ਹੈ, ਕਹੀਂ ਉਹ ਵੀ ਖੁਦਾ ਨਾ ਛੀਨ ਲੇ, ਮਗਰ ਉਹ ਮਸਜਿਦ ਦੇ ਬਾਰੇ, ਮੁਹੰਮਦ ਸਾਹਿਬ ਦੇ ਬਾਰੇ, ਮਸਜਿਦ ਦੇ ਬਾਰੇ, ਖੁਦਾ ਦੇ ਬਾਰੇ ਕਰ ਸਕਦੇ ਹੈ, ਪਰ ਉਹ ਕਹਿੰਦੇ ਬਾਸ਼ੋਬਾ ਮੁਹੰਮਦ ਹੋਸ਼ਿਆਰ। ਪਰ ਇਹ ਸਾਡੀ ਅਣਗਹਿਲੀ ਹੈ ਕਿ ਅੱਜ ਸਾਡੇ ਗੁਰੂ ਦੀ ਕੋਈ ਨਿੰਦਾ ਕਰੇ, ਸਿੱਖ ਰੂਪ ਵਿਚ ਕਰੇ ਜਾਂ ਨਾ ਕਰੇ, ਇਕ ਹੋਰ ਇਸ਼ੂ ਹੈਗਾ, ਸਾਨੂੰ ਇਹ ਦੇਖਣਾ ਪਵੇਗਾ ਕਿ ਸਿੱਖ ਸ਼ਬਦਾਵਲੀ, ਇਹਦੇ ਚ ਕਾਨੂੰਨ ਨੂੰ ਵੀ ਸਾਡੀ ਮਦਦ ਕਰਨੀ ਪਵੇਗੀ। ਅੱਜ ਅਗਰ ਕੋਈ ਆਪਣੇ ਆਪ ਨੂੰ ਪੈਗੰਬਰ ਨਹੀਂ ਲਿਖ ਸਕਦਾ, ਪਰ ਜੇ ਸਿੱਖ ਸ਼ਬਦਾਵਲੀ ਵਰਤਦਾ, ਅਗਰ ਉਹ ਸਤਿਗੁਰੂ ਲਿਖਦਾ, ਗੁਰੂ ਲਿਖਦਾ, ਅਗਰ ਉਹ ਸੱਚਾ ਸੌਦਾ ਲਫ਼ਜ਼ ਹੈ, ਇਹ ਗੁਰੂ ਨਾਨਕ ਸਾਹਿਬ ਦਾ ਸ਼ੁਰੂ ਕੀਤਾ, ਅਗਰ ਕੋਈ ਭੇਖੀ ਬੰਦਾ, ਅਗਰ ਕੋਈ ਬੰਦਾ ਢੋਂਗੀ ਬੰਦਾ ਆਪਣੇ ਆਪ ਨੂੰ ਸੱਚਾ ਸੌਦਾ ਕਹਿੰਦਾ, ਇਹ ਸਿੱਖਿਜ਼ਮ ਵਿਚ ਦਖਲ ਹੈ, ਇਹ ਬੋਲਣ ਦੀ ਆਜ਼ਾਦੀ ਨਹੀਂ ਹੈ। ਅਗਰ ਇਹ ਲਫ਼ਜ਼ ਕਹਿ ਲਿਆ ਜਾਏ, ਜਿਵੇਂ ਕਹਿੰਦੇ ਸੰਵਿਧਾਨ ਦੇ ਵਿਚ ਯੂ ਹੈਵ ਫਰੀਡਮ ਆਫ ਸਪੀਚ, ਪਰ ਫਰੀਡਮ ਆਫਟਰ ਸਪੀਚ ਦੀ ਗਰੰਟੀ ਨਹੀਂ ਦਿੰਦਾ, ਇਸ ਕਰਕੇ ਫਰੀਡਮ ਆਫਟਰ ਸਪੀਚ ਨੂੰ ਰੋਕਣ ਦੀ ਲੋੜ ਹੈ। ਫਰੀਡਮ ਆਫ ਸਪੀਚ ਆਪਣਾ ਪ੍ਰਚਾਰ ਕਰੇ, ਕਿਸੇ ਹਿੰਦੂਇਜ਼ਮ ਦੇ ਵਿਚ ਭਗਵਾਨ ਕਹੀ ਜਾਏ, ਕਿਸੇ ਨੂੰ ਕੋਈ ਇਤਰਾਜ਼ ਨਹੀਂ, ਰੱਬ ਕਹੀ ਜਾਏ, ਕੋਈ ਵਿਸ਼ਨੂੰ ਕਹੀ ਜਾਏ, ਕਿਸੇ ਨੂੰ ਕੋਈ ਇਤਰਾਜ਼ ਨਹੀਂ, ਪਰ ਸਿੱਖ ਨੂੰ ਜੇ ਬਤੌਰੇ ਸਿੱਖ ਸਰੂਪ ਦੇ ਹੋ ਕੇ ਅਗਰ ਉਹ ਵੀ ਕਹੇ ਬਾਣੀ ਪੜ ਰਿਹਾ, ਗੁਰਬਾਣੀ ਦੱਸ ਰਿਹਾ, ਗੁਰਮਤ ਦੱਸ ਰਿਹਾ, ਫਿਰ ਇਹ ਜ਼ਰੂਰ ਇਤਰਾਜ਼ ਹੋਣਾ ਚਾਹੀਦਾ। ਔਰ ਜਿਨ੍ਹਾਂ ਨੂੰ ਇਤਰਾਜ਼ ਨਹੀਂ ਹੋ ਰਿਹਾ,
ਇਹਦਾ ਮਤਲਬ ਹੈ ਕਿ ਉਹ ਉਨ੍ਹਾਂ ਦੇ ਨਾਲ ਸਹਿਮਤ ਹੈ, ਉਹ ਭਾਵੇਂ ਵੋਟਾਂ ਦੇ ਨਾਲ ਸਹਿਮਤ ਹੈ, ਭਾਵੇਂ ਉਹ ਕਿਸ ਤਰੀਕੇ ਦੇ ਨਾਲ ਸਹਿਮਤ ਹੈ, ਇਹ ਉਨ੍ਹਾਂ ਦੀਆਂ ਰਾਜਨੀਤਿਕ ਮਜਬੂਰੀਆਂ, ਕਿਉਂਕਿ ਜੇਕਰ ਉਨ੍ਹਾਂ ਨੇ ਧਾਰਮਿਕ ਪਾਰਟੀ ਤੋਂ ਸੈਕੂਲਰ ਪਾਰਟੀ ਹੋ ਗਿਆ ਫਿਰ ਉਸ ਦੇ ਬਾਅਦ ਇਹ ਸਾਨੂੰ ਇਸਦਾ ਆਊਟਕਮ ਜਿਹੜਾ ਸਾਹਮਣੇ ਆਏ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਕਿੱਧਰ ਇਸ਼ਾਰਾ ਕਰੋ। ਬਹੁਤ ਬਹੁਤ ਧੰਨਵਾਦ ਤੁਹਾਨੂੰ ਲਾਂਬਾ ਸਾਹਿਬ, ਇਟ ਵਾਜ਼ ਵੰਡਰਫੁਲ ਟਾਕਿੰਗ ਟੂ ਯੂ ਗੁਰਚਰਨਜੀਤ ਸਿੰਘ ਲਾਂਬਾ ਸਾਹਿਬ। ਲਾਂਬਾ ਸਾਹਿਬ ਦੇ ਨਾਲ ਸਾਡੀ ਗੱਲਬਾਤ, ਤੁਹਾਨੂੰ ਕਿਹੋ ਜਿਹੀ ਲੱਗੀ? ਆਪਣੇ ਵਿਚਾਰ ਸਾਨੂੰ ਫੀਡਬੈਕ ਐਟ ptcnetwork.tv ਤੇ ਜ਼ਰੂਰ ਭੇਜੋ। ਬਹੁਤ ਬਹੁਤ ਧੰਨਵਾਦ, ਇਜਾਜ਼ਤ ਲੈਣੇ ਆ ਤੇ ਖਬਰਾਂ ਦਾ ਸਿਲਸਿਲਾ ਪੀਟੀਸੀ ਨਿਊਜ਼ ਤੇ ਜਾਰੀ ਹੈ।